ਛੜਿਆ ਬੁੜੇ ਨੇ ਖਾਉਂ 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 ਸਾਰਾ ਦਿਨ ਕਰਦਾ ਰਹਿੰਦਾ, ਉੱਥੇ ਥੁੱਕੀ ਜਾਂਦਾ, ਉੱਥੇ ਬੈਠਾ ਰਹਿੰਦਾ। ਉਹਨੂੰ ਤਾਂ ਸੂਗ ਹੀ ਨਹੀਂ ਆਉਂਦੀ ਹੈਗੀ, ਜੇ ਕੋਈ ਆਇਆ ਗਿਆ ਕਹੇਗਾ ਪਤਾ ਨਹੀਂ ਸਾਫ਼ ਹੀ ਨਹੀਂ ਕਰਦੀ ਹੈਗੀ ਇੱਥੋਂ ਥਾਂ। ਸਾਰਾ ਦਿਨ ਤੰਗ ਕੀਤਾ ਪਿਆ, ਕਿਤੇ ਮਗਰੋਂ ਵੀ ਨਹੀਂ ਲੈਂਦਾ। ਉਹ ਭਾਈ ਕੁੜੇ ਪਾਣੀ ਲਿਆ ਦੇ ਗਲਾਸ। ਓ ਬਹੂ ਆ ਪਾਣੀ ਲਈ ਪਈ, ਓਏ ਗਲਾ ਸੁੱਕੀ ਜਾਂਦਾ ਮੇਰਾ। ਲਿਆਉਣੀ ਆ ਬਾਪੂ ਜੀ, ਕਿਉਂ ਮੇਰੀ ਜਾਨ ਖਾ ਲਈ ਤੁਸੀਂ? ਹੋਰ ਮੈਨੂੰ ਕੰਮ ਹੈ ਨਹੀਂ ਕੋਈ, ਸਿਰਫ ਤੁਹਾਡੇ ਅੱਗੇ ਪਿੱਛੇ ਘੁੰਮੀ ਜਾਵਾਂ। ਉਧਰੋਂ ਮੈਂ ਸਬਜ਼ੀ ਧਰੀਏ, ਉਧਰੋਂ ਮੇਰੀ ਚਾਹ ਉਬਲ ਕੇ ਚੁੱਲ੍ਹੇ 'ਚ ਪੈਣ ਨੂੰ ਹੋਈ ਹੈ। ਉਹ ਲਿਆ ਦੇ ਭਾਈ ਪਾਣੀ ਓਏ। ਕਿੰਨੀ ਵਾਰੀ ਮੈਂ ਇਹਨਾਂ ਨੂੰ ਕਿਹਾ ਕਿ ਇਹਨੂੰ ਵੱਡੇ ਭਾਜੀ ਵੱਲ ਛੱਡ ਦਿਓ ਬਾਪੂ ਨੂੰ, ਪਰ ਇਹ ਕਿੱਥੇ ਮੇਰੀ ਸੁਣਦੇ ਨੇ। ਇਹਨਾਂ ਤਾਂ ਸਿਰਫ ਆਪਦੇ ਹੀ ਕੰਮਾਂ ਕਾਰਾਂ ਦਾ ਪਿਆ, ਮੇਰੀ ਤਾਂ ਕੁਛ ਸੁਣਦਾ ਹੀ ਨਹੀਂ ਹੈਗਾ। ਲਿਆਈ ਪਾਣੀ ਲਿਆਈ ਬਾਪੂ ਜੀ, ਠਹਿਰ ਜਾਓ ਹੁਣ, ਸਾਰਾ ਦਿਨ ਤੁਹਾਨੂੰ ਤੇ ਹੀ ਲੱਗੀ ਰਹਿੰਦੀ ਹੈ, ਪਤਾ ਨਹੀਂ ਕਿਹੜੇ ਤੁਸੀਂ ਬੱਕਰੇ ਖਾਧੇ ਨੇ ਸਾਰਾ। ਆ ਲਓ ਬਾਪੂ ਜੀ ਪਾਣੀ, ਜਾਨ ਖਾਈ ਰੱਖਦੇ ਹੋ ਤੁਸੀਂ ਮੇਰੀ ਸਾਰਾ ਦਿਨ। ਹੋਰ ਮੈਨੂੰ ਕੋਈ ਕੰਮ ਹੈ ਨਹੀਂ, ਤੁਹਾਡੇ ਆਰਡਰ ਤੇ ਭੱਜੀ ਆਇਆ ਕਰਾਂਗੀ ਮੈਂ। ਭਾਈ ਕੋਈ ਨਾ, ਬੜਾ ਕੋਸਾ ਕਰ ਲੈਣਾ ਪੁੱਤ। ਨਾ ਕੀ ਹੈ ਬਾਪੂ ਜੀ, ਫ੍ਰਿਜੋ ਥੋੜਾ ਕੱਢ ਕੇ ਲਿਆਈ ਆ, ਨਾਰਮਲ ਪਾਣੀ ਉਹੀ ਤੁਹਾਨੂੰ ਲਿਆ ਕੇ ਦੇਤਾ। ਉਹ ਚੱਲ ਕੋਈ ਨਾ ਭਾਈ ਪੀ ਲੈਣਾ। ਉਹ ਤਾਂ ਐਂ ਸੀ ਭਾਈ ਕੋਸੇ ਪਾਣੀ ਨਾਲ ਨਾ ਥੋੜੀ ਜਿਹੀ ਖੁਰਕੀ ਦਬ ਜਾਂਦੀ ਆ, ਹੋਰ ਤਾਂ ਕੁਛ ਨਹੀਂ। ਤੇਰੀ ਖੁਰਕ ਪਾਣੀ ਨਾਲ ਥੋੜਾ ਹਟਣੀ ਹੈ, ਜਿੱਦੇ ਹਟੀ ਰੱਬ ਹੀ ਹਟਾਊਗਾ। ਉਹ ਕੋਈ ਨਾ ਮਾਸੀ, ਤੂੰ ਫਿਕਰ ਨਾ ਕਰ, ਅਸੀਂ ਟਾਈਮ ਨਾਲੇ ਆ ਜਾਵਾਂਗੇ। ਨਾ ਨਾ ਮੈਂ ਆਉਂਗੀ ਪਹਿਲਾਂ, ਕਾਰਡ ਲਿਆਉਂਗੀ ਤੇ ਨਾਲ ਬਰਫੀ ਦਾ ਡੱਬਾ ਵੀ, ਨਾਲੇ ਮੈਂ ਨੂੰਹਾਂ ਤੋਂ ਗੱਲਾਂ ਥੋੜੀ ਕਰਾਉਣੀਆਂ ਨੇ। ਚੱਲ ਚੰਗਾ ਮਾਸੀ ਆ ਜੀ। ਤੇ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਭਾਈ, ਸਾਨੂੰ ਤਾਂ ਨਾ ਇੰਨੇ ਵਧੀਆ ਰਿਸ਼ਤੇਦਾਰ ਟੱਕਰ ਗਏ ਨਾ, ਬਸ ਗੱਲਾਂ ਹੀ ਛੱਡ ਦੇ। ਸਾਡਾ ਤਾਂ ਮਤਲਬ ਕਿ ਦਾਜ ਨਾਲ ਘਰੇ ਭਰਤਾ, ਹਜੇ ਵਿਆਹ ਨੂੰ ਮਹੀਨਾ ਪਿਆ, ਮੈਂ ਤੈਨੂੰ ਕੀ ਦੱਸਾਂ। ਆਹ ਸਕੂਟਰ ਵੀ ਦੇਤਾ, ਵਾਸ਼ਿੰਗ ਮਸ਼ੀਨ ਦੇਤੀ, ਆਹ ਸਾਫ਼ ਕੁਤਰਨ ਵਾਲੀ ਮਸ਼ੀਨ ਵੀ ਦੇਤੀ, ਤੇ ਹੋਰ ਸੁਣ ਆਹ ਵਾਸ਼ਿੰਗ ਮਸ਼ੀਨ ਵੀ ਦੇਤੀ, ਤੇ ਹਾਂ ਸੱਚ ਉਹ ਕਿਹੜੀ ਹੈ, ਸਿਲਾਈ ਮਸ਼ੀਨ ਵੀ ਦੇਤੀ। ਉਹ ਨਾ ਨਾ ਪੁੱਤ ਤੂੰ ਫਿਕਰ ਨਾ ਕਰ, ਹੈਂ ਹੋਰ ਸੁਣਾ ਤੁਹਾਡੇ ਬਾਪੂ ਜੀ ਦਾ ਕੀ ਹਾਲ ਹੈ? ਬਸ ਮਾਸੀ ਤੈਨੂੰ ਪਤਾ ਹੀ ਆ, ਬਾਪੂ ਦਾ ਹਾਲ ਤਾਂ ਠੀਕ ਠਾਕ ਹੈ ਵਿਚਾਰੇ ਦਾ। ਚੱਲ ਧਿਆਨ ਰੱਖਿਆ ਕਰੋ ਪੁੱਤ, ਬੁੱਢਾ ਸ਼ਰੀਰ ਹੈ। ਹਾਂ ਹਾਂ ਮਾਸੀ ਧਿਆਨ ਰੱਖਿਆ ਹੋਇਆ। ਚੱਲ ਠੀਕ ਹੈ ਮਾਸੀ, ਜਦੋਂ ਤੇਰਾ ਟਾਈਮ ਲੱਗਿਆ ਤੂੰ ਆ ਜਾਈਂ, ਅਸੀਂ ਕਰਦੇ ਹਾਂ ਵਿਆਹ ਦੀਆਂ ਤਿਆਰੀਆਂ। ਚੱਲ ਠੀਕ ਹੈ ਪੁੱਤ ਫਿਰ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿਹਦਾ ਫੋਨ ਸੀ? ਮਾਸੀ ਦਾ ਫੋਨ ਸੀ ਸੰਦਰੇ। ਅੱਛਾ, ਕਹਿੰਦੀ ਤਿਆਰੀਆਂ ਕਰ ਲਓ, ਵਿੱਕੀ ਦਾ ਵਿਆਹ ਆ ਗਿਆ। ਅੱਛਾ ਹਾਂ, ਚੱਲ ਸ਼ੁਕਰ ਆ, ਚਾਰ ਦਿਨ ਅਸੀਂ ਵੀ ਸੁੱਖ ਦੇ ਕੱਟੇ ਆਵਾਂਗੇ, ਤਾਂ ਜੀਣਾ ਦੁੱਬਰ ਹੋਇਆ ਪਿਆ ਸੀ ਸਾਡਾ। ਉਹ ਚੱਲ ਕੋਈ ਗੱਲ ਨਹੀਂ, ਤੈਨੂੰ ਪਤਾ ਹੀ ਹੁਣ ਬਾਪੂ ਦੇ ਵਸ ਦੀ ਗੱਲ ਨਹੀਂ। ਜੇ ਬਾਪੂ ਦੇ ਵਸ ਦੀ ਗੱਲ ਨਹੀਂ, ਹੁਣ ਆਪਾਂ ਕੀ ਮਿੱਥਿਆ ਥੋੜਾ ਕਿ ਆਪਾਂ ਹੀ ਸੇਵਾ ਕਰਨੀ, ਵੱਡੇ ਬਾਈ ਵਾਲ ਛੱਡਿਓ ਚਾਰ ਦਿਨ, ਉਹ ਵੀ ਸੇਵਾ ਕਰ ਲੈਣਗੇ।
ਤੁਸੀਂ ਵੱਡੇ ਬਾਈ ਵੱਲ ਕਿਉਂ ਨਹੀਂ ਛੱਡਦੇ ਬਾਪੂ ਜੀ ਨੂੰ? ਨਾਲੇ ਇੱਕ ਗੱਲ ਕਹਾਂ ਤੁਹਾਨੂੰ, ਤੁਸੀਂ ਉਹ ਭੋਲੇ, ਉਹਨੇ ਤੇਜ, ਜ਼ਮੀਨ ਦੀ ਵਾਰੀ ਤੇ ਅੱਗੇ ਹੋ ਜਾਣਗੇ, ਤੇ ਹੁਣ ਸੇਵਾ ਕਰਨ ਦੀ ਵਾਰੀ ਕੌਣ ਅੱਗੇ ਆਊਗਾ? ਉਹ ਕੋਈ ਨਾ ਜਸਵਿੰਦਰ, ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਲੈ ਲੈਣ ਦਾ ਜਿਹੜੀ ਜ਼ਮੀਨ ਉਹਨਾਂ ਦੀ, ਸੇਵਾ ਵੀ ਕਿਸੇ ਕਿਸੇ ਨੂੰ ਮਿਲਦੀ ਆ, ਨਾਲੇ ਖਾਸ ਕਰਕੇ ਆਪਣੇ ਮਾਂ ਬਾਪ ਦੀ ਸੇਵਾ, ਇਹ ਤਾਂ ਕਰਮ ਵਾਲਿਆਂ ਨੂੰ ਮਿਲਦੀ ਹੈ। ਫਿਰ ਕੀ ਹੋ ਗਿਆ? ਮਾੜੀ ਮੋਟੀ ਬਿਮਾਰੀ ਆ, ਹੌਲੀ ਹੌਲੀ ਠੀਕ ਹੋ ਜਾਣਾ ਬਾਪੂ ਨੇ, ਤੂੰ ਬਾਹਲੀ ਟੈਨਸ਼ਨ ਨਾ ਲਿਆ ਕਰ। ਆਹੀ ਤਾਂ ਗੱਲਾਂ ਨੇ ਤੁਹਾਡੀਆਂ, ਤੁਸੀਂ ਭੋਲੇ ਔਰ ਉਹ ਚਲਾਕ, ਨਾ ਤਾਂ ਉਹਨੂੰ ਕਿਸੇ ਦੀ ਦਵਾਈ ਲਿਆ ਕੇ ਦੇਣੀ ਪਵੇ ਤੇ ਨਾ ਕਿਸੇ ਦੀ ਕੋਈ ਟੈਨਸ਼ਨ, ਅਗਲੇ ਆਰਾਮ ਨਾਲ ਬੈਠੇ ਨੇ ਨਾ ਸਾਰਾ ਕੁਝ ਸਾਂਭ ਕੇ, ਤੇ ਅਸੀਂ ਇੱਧਰ ਖੱਪਦੇ ਫਿਰਦੇ ਹਾਂ। ਉਹ ਚੱਲ ਕੋਈ ਗੱਲ ਨਹੀਂ, ਫਿਰ ਕੀ ਹੁੰਦਾ, ਕਿੱਡੀ ਗੱਲ ਆ ਜੇ ਦਵਾਈ ਲਿਆਤੀ ਆਪਾਂ ਨੇ, ਉਹਨਾਂ ਦੀਆਂ ਉਹ ਜਾਣਨ, ਆਪਣੇ ਆਪਾਂ ਜਾਣੀ। ਚੱਲ ਤੂੰ ਕਰ ਲਾ ਕੰਮ, ਤੇ ਨਾਲੇ ਵਿਆਹ ਦੀ ਤਿਆਰੀ ਰੱਖੀ, ਚੱਲਾਂਗੇ ਜ਼ਰੂਰ। ਨਹੀਂ ਨਹੀਂ ਕਿੱਥੇ ਚੱਲੇ, ਮੇਰੀ ਗੱਲ ਸੁਣ ਕੇ ਜਾਓ, ਵਿਆਹ ਤਾਂ ਨੇੜੇ ਆ ਗਿਆ ਤੇ ਸੂਟ ਮੇਰੇ ਕੋਲ ਇੱਕ ਵੀ ਨਹੀਂ ਚੱਜਦਾ, ਪਹਿਲਾਂ ਮੈਨੂੰ ਸ਼ਹਿਰ ਚੱਲੋ ਤੇ 3-4 ਸੂਟ ਦਵਾ ਲਿਓ ਜਾ ਕੇ। ਨਾਲੇ ਇੱਕ ਗੱਲ ਹੋਰ, ਮੈਨੂੰ ਨਾ ਜਿਹੜੇ ਸੂਟ ਦਵਾਓਗੇ ਇਹ ਨਹੀਂ ਹੈਗਾ ਕਿ 1000-1500 ਵਾਲੇ ਦਵਾ ਦਿਓ, ਵੱਡੀ ਤੋਂ ਜ਼ਿਆਦਾ ਮਹਿੰਗੇ, ਜੇ ਉਹ 10,000 ਵਾਲਾ ਪਾਓ ਤਾਂ ਮੈਂ 15,000 ਵਾਲਾ ਪਾਊ ਸੂਟ। ਉਹ ਕੋਈ ਗੱਲ ਨਹੀਂ, ਗੁੱਸਾ ਕਿਉਂ ਹੋਣੀ ਹੈ, ਜਿਹੋ ਜਿਹਾ ਤੂੰ ਚਾਹੇਗੀ ਨਾ ਤੈਨੂੰ ਉਹੋ ਜਿਹੇ ਸੂਟ ਲਿਆ, ਹੁਣ ਤਾਂ ਖੁਸ਼ ਹੈ? ਚੱਲ ਠੀਕ ਹੈ, ਕਰ ਲਾ ਕੰਮ, ਚੱਲਦਾ ਫਿਰ ਆਪਾਂ ਸ਼ਹਿਰ। ਠੀਕ ਹੈ। ਭਾਈ ਜੇ ਚਾਹ ਬਣ ਗਈ, ਚਾਹ ਲਿਆ ਦੋ ਘੁੱਟ। ਓ ਭਾਈ ਅੱਜ ਥੋੜਾ ਲੂਣ ਪਾ ਲਿਆ ਵਿੱਚ ਜਗ੍ਹਾ। ਹਾਂ ਬਣ ਗਈ ਬਾਪੂ ਜੀ, ਹੁਣ ਚੁੱਲ੍ਹੇ ਤੋਂ ਥੱਲੇ ਲਾ ਲੈ ਕੇ ਸਿੱਧੀ ਤੁਹਾਡੇ ਮੂੰਹ ਚ ਪਾਉਣ ਦਿਆ, ਪਾ ਦੇਣੀ ਹੈ ਲੂਣ ਵੀ ਵਿੱਚ, ਖਾ ਲਿਆ ਬੁੜੇ ਨੇ ਮੈਨੂੰ। ਲੈ ਫੜ ਬਾਪੂ। ਲੈ ਭਾਈ। ਆਲੋ ਜੀ, ਤੇ ਤੁਸੀਂ ਕਿੱਧਰ ਦੀ ਤਿਆਰੀ ਕਰ ਲਈ? ਉਹ ਮੈਂ ਕਿੱਧਰ ਜਾਣਾ, ਮੈਂ ਤਾਂ ਰਟੌਲਾਂ ਜਾਣਾ ਸੀ ਪਿੰਡ 'ਚ। ਉਹ ਤੈਨੂੰ ਕੀ ਹੋਇਆ, ਮੂੰਹ ਐ ਕੀਤਾ? ਆ ਸਾਰਾ ਦਿਨ ਖਿਜੇ ਖਿਜੇ ਰਹਿੰਦੀ ਆ ਤੂੰ, ਕੀ ਗੱਲ ਹੋ ਗਈ? ਉਹ ਮਾੜੀ ਮੋਟੀ ਖੁਸ਼ ਰਿਹਾ ਕਰ। ਨਾ ਖੁਸ਼ ਕੋਈ ਰਹਿਣ ਦਊਗਾ ਤਾਂ ਤਾਂ ਹੀ ਰਹੂੰਗੀ ਨਾ, ਆਪਣੇ ਬਾਪੂ ਜੀ ਨੇ ਸਾਰਾ ਦਿਨ ਦਿਮਾਗ ਖਾਂਦੇ ਰਹਿੰਦੇ ਨੇ ਮੇਰਾ, ਕੁੜੇ ਆ ਲਿਆ ਦੇ, ਕਦੇ ਉਹ ਲਿਆ ਦੇ, ਕਦੇ ਨਮਕ ਪਾ ਦੇ, ਕਦੇ ਪਾਣੀ ਕੋਸਾ ਕਰ ਤੇ ਕਦੇ ਠੰਡਾ ਕਰ, ਦਿਮਾਗ ਹੀ ਖਾ ਲਿਆ ਮੇਰਾ ਇਹਨਾਂ ਨੇ। ਸੱਚੀ ਇੰਨੀ ਦੁਖੀ ਆ ਨਾ ਮੈਂ, ਕਦੇ ਕਦੇ ਜੀ ਕਰਦਾ ਸਾਰਾ ਸਮਾਨ ਆਪਦਾ ਚੱਕਾਂ ਤੇ ਪੇਕੇ ਜਾ ਕੇ ਪੈ ਜਾ। ਜੇ ਉੱਥੇ ਤੁਰ ਗਈ 4 ਦਿਨ ਸੁੱਖ ਦੇ ਤਾਂ ਕੱਟੇ ਆਉਂਗੀ ਮੈਂ ਜਾ ਕੇ। ਉਹ ਤੇਰੇ ਤਾਂ ਸੁੱਖ ਦੇ ਲੰਘ ਜਾਣਗੇ, ਮੇਰੇ ਬਾਰੇ ਸੋਚ, ਮੇਰੀ ਰੋਟੀ ਕਾਹਨ ਲਾਊ, ਨਾਲੇ ਤੂੰ ਪੇਕੇ ਕਾਹਨੂੰ ਜਾਣਾ, ਤੂੰ ਮੇਰੇ ਨਾਲ ਸ਼ਹਿਰ ਚੱਲ, ਮੈਨੂੰ ਸੂਟ ਦਵਾ ਕੇ ਲਿਆਉਣਾ, ਨਾਲੇ ਖਾ ਪੀ ਲਈਓ ਖਾਣਾ, ਜਿਹੜਾ ਸਮਾਨ ਲੈਣਾ ਲੈ ਲਈ। ਅੱਛਾ ਉਹ ਤੇ ਠੀਕ ਹੈ, ਚੱਲ ਜਾਂਗੇ ਆਪਾਂ ਸ਼ਹਿਰ। ਨਾ ਮੈਨੂੰ ਇਹ ਦੱਸੋ, ਵਿਆਹ ਦੀਆਂ ਤਿਆਰੀਆਂ ਤੇ ਕਰ ਲਈਆਂ? ਮਾਸੀ ਨੇ ਕੋਈ ਕਾਰਡ ਕੂਡ ਵੀ ਦੇਣਾ ਕਿ ਸਿੱਧਾ ਫੋਨ ਤੇ ਤੁਰ ਜਾਣਾ ਤੁਸੀਂ? ਉਹ ਮਾਸੀ ਕਾਰਡ ਦੇਣ ਵੀ ਆਊਗੀ, ਡੱਬਾ ਵੀ ਦੇ ਕੇ ਜਾਊਗੀ। ਮੇਰੀ ਗੱਲ ਸੁਣ ਲਓ, ਜੇ ਮਾਸੀ ਕਾਰਡ ਲੈ ਕੇ ਨਾ ਨਾ ਆਈ, ਮੈਂ ਕੋਈ ਵਿਆਹ ਤੇ ਨਹੀਂ ਜਾਣਾ ਹੈਗਾ, ਮੈਂ ਕੋਈ ਐਵੇਂ ਥੋੜਾ ਤੁਰੀ ਫਿਰਦੀ ਆ ਜੇ ਕਿਸੇ ਨੇ ਫੋਨ ਕਰਤਾ ਤੇ ਵਿਆਹ ਤੇ ਤੁਰ ਪਈ। ਉਹ ਨਹੀਂ, ਏਦਾਂ ਦੀ ਕੋਈ ਗੱਲ ਨਹੀਂ, ਮਾਸੀ ਨਾਲ ਗੱਲ ਹੋਈ ਤਾਂ ਹੈ ਮੇਰੀ, ਮਾਸੀ ਆਊਗੀ, ਕਾਰਡ ਵੀ ਦੇ ਕੇ ਆਊ, ਡੱਬਾ ਵੀ ਦੇ ਕੇ ਆਊ, ਤੂੰ ਆਪਣੀ ਤਿਆਰੀ ਰੱਖ। ਚੱਲ ਫਿਰ ਤੇ ਠੀਕ ਹੈ, ਆ ਫੜ ਕੱਪ, ਛੇਤੀ ਆ ਜਾਓ ਕਿਤੇ, ਮੈਂ ਇੱਥੇ ਤਿਆਰੀ ਕਰਕੇ। ਮੈਂ ਤਾਂ ਆਉਣ ਜਾਣੇ ਕਰਨਾ, ਬਸ ਤੂੰ ਤਿਆਰ ਹੋ। ਨਾ ਮੇਰੀ ਗੱਲ ਸੁਣ ਮੰਮੀ, ਨਾ ਕੀ ਲੋੜ ਪਈ ਹੈ ਤੈਨੂੰ ਪਹਿਲੀ ਗਾਵੇ ਗਾਉਣ ਦੀ? ਹੈ ਪਹਿਲਾਂ ਵਿਆਹ ਤਾਂ ਹੋ ਜਾਂਦੇ, ਹੋਰ ਹੀ ਗੱਲਾਂ ਮਰਨ ਲੱਗ ਜੂਗੀ, ਇੱਕ ਇੱਕ ਗੱਲ ਨੂੰ ਦਾਦਾ ਸਵਾਰੀ, ਮਸ਼ੀਨ ਦੇ ਤਾਂ ਆ ਦੇ ਤਾਂ ਉਹ ਦੇ ਤਾਂ।
ਹੱਦ ਹੁੰਦੀ ਹੈਗੀ। ਨਾਲੇ ਮੰਮੀ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਅੱਜ ਤੂੰ ਕੱਢ ਦੇਗੀ ਨਾ ਸਾਰੇ ਰਿਸ਼ਤੇਦਾਰ ਉਹ ਤਾਂ ਪਹਿਲਾਂ ਛੋਟੇ ਮਾਮੇ ਨੂੰ ਦੇ ਦੇ ਨਾਲੇ ਤੈਨੂੰ ਚੰਗਾ ਪਹਿਲਾਂ ਪਤਾ ਉਹਦੇ ਸੁਭਾਅ ਦਾ ਐਵੇਂ ਫਿਰ ਖਿਜੂਗਾ। ਨੀ ਮੈਨੂੰ ਸਾਰਾ ਪਤਾ ਉਹਦੇ ਸੁਭਾਅ ਦਾ, ਤੂੰ ਕਿਉਂ ਫਿਕਰ ਕਰੀ ਜਾਂਦੀ ਆ। ਪਹਿਲਾਂ ਜਾਊਂਗੀ ਮੈਂ ਮਾਸੜ ਕੇ, ਫੇਰ ਜਾਊਂਗੀ ਮੈਂ ਤੇਰੇ ਮਾਮੇ ਦੇ, ਨਾਲੇ ਜਿੰਨੀਆਂ ਹੋਰ ਵੀ ਆਲੇ ਦਾ ਰਿਸ਼ਤੇਦਾਰੀਆਂ ਨੇ ਸਾਰੀਆਂ ਨਿਬੇੜ ਦੇਣੀਆਂ ਨੇ ਮੈਂ, ਤੂੰ ਫਿਕਰ ਨਾ ਕਰ। ਪਹਿਲਾਂ ਮਾਮੇ ਦੇ ਨੀ ਜਾਣਾ ਮਾਸੜ ਦੇ ਜਾਣਾ ਹੈ। ਨੀ ਕੋਈ ਨਾ, ਤੂੰ ਕਾਹਦੀ ਟੈਨਸ਼ਨ ਲਈ ਜਾਣੀ ਆ, ਜਦ ਕਹਿਤਾ ਮੈਂ ਦੇ ਆਉਂਗੀ ਤਾਂ ਦੇ ਆਉਂਗੀ। ਚੱਲ ਠੀਕ ਹੈ ਮੰਮੀ, ਜਿਵੇਂ ਤੈਨੂੰ ਸਹੀ ਲੱਗਦਾ ਤਾਂ ਉਵੇਂ ਕਰੀ। ਲੈ ਵੀਰਾ ਵੀ ਆ ਗਿਆ। ਦਿਆ ਪੁੱਤ ਕਾਰਡ ਸਾਰਿਆਂ ਦੇ, ਚਾਚੇ ਕੇ, ਤਾਇਆਂ ਕੇ, ਹੋਰ ਸਭ ਦੇ ਦਿਆਂ ਦੇ। ਹਾਂ ਬੀਬੀ, ਮੈਂ ਚਾਚੇ ਨਾਜਰ ਕੇ ਵੀ ਦਿਆ ਆ, ਤਾਏ ਜੋਰੇ ਕੇ ਵੀ ਦਿਆ ਆ, ਨਾਲੇ ਤਾਈ ਤਾਂ ਬਹੁਤ ਖੁਸ਼ ਹੋਈ ਆ ਵੀ ਤੇਨੇ ਵਿਆਹ ਰੱਖਤਿਆ। ਹੁਣ ਤਾਂ ਬੀਬੀ ਕੱਲੇ ਰਿਸ਼ਤੇਦਾਰ ਰਹਿ ਗਏ, ਉਹਨਾਂ ਨੂੰ ਕਾਰਡ ਤੇ ਡੱਬਾ ਤੂੰ ਦਿਆ ਹੀ ਜਾ ਕੇ। ਤੂੰ ਟੈਨਸ਼ਨ ਨਾ ਲੈ, ਬਸ ਤੂੰ ਆ ਨਿਬੇੜ ਤੇ ਰਿਸ਼ਤੇਦਾਰੀ, ਮੈਂ ਸਾਰੀ ਆਪੇ ਨਿਬੇੜ ਦੇਣੀ ਆ। ਮੈਂ ਕਰਤਾ ਜੱਸੇ ਨੂੰ ਫੋਨ, ਕਹਿਤਾ ਵੀ ਮੈਂ ਕਾਰਡ ਤੇ ਬਰਫੀ ਦਾ ਡੱਬਾ ਜ਼ਰੂਰ ਲੈ ਕੇ ਆਉਂਗੀ। ਨਾਲੇ ਪੁੱਤ ਮੇਰੀ ਇੱਕ ਗੱਲ ਹੋਰ ਸੁਣ, ਹੁਣ ਆਪਣਾ ਵਿਆਹ ਧਰਿਆ ਹੋਇਆ, ਤੂੰ ਨਾ ਬਾਹਲਾ ਮੋਟਰਸਾਈਕਲ ਤੇ ਨਾ ਜਾਇਆ ਕਰ, ਘਰੀ ਰਿਹਾ ਕਰ। ਹੈਂ, ਵਿਆਹ ਦੇ ਦਿਨਾਂ 'ਚ ਨਾ ਮੁੰਡਾ ਘਰੀ ਰਹਿੰਦਾ ਹੁੰਦਾ, ਕੀ ਕਹਿੰਦਾ? ਉਹ ਬੇਬੇ ਤੂੰ ਇੰਨਾ ਕਿਉਂ ਫਿਕਰ ਕਰਦੀ ਆ, ਮੈਂ ਕੀ ਅੱਜ ਦਾ ਚਲਾਉਂਦਾ ਮੋਟਰਸਾਈਕਲ, ਤੂੰ ਤਾਂ ਉਹੀ ਫਿਕਰ ਕਰੀ ਜਾਂਦੇ ਮੇਰਾ। ਵੀਰੇ ਸਹੀ ਕਹਿੰਦੀ ਆ ਮੰਮੀ, ਜਦੋਂ ਘਰੇ ਸਾਇਆ ਰੱਖਿਆ ਹੋਵੇ ਨਾ ਤਾਂ ਘਰੋਂ ਬਾਹਰ ਨਹੀਂ ਜਾਈਦਾ ਹੁੰਦਾ। ਤੇ ਸੱਚ ਮੰਮੀ ਤੈਂ ਕਦੋਂ ਜਾਣਾ ਫਿਰ ਮਾਮੇ ਹੋਰਾਂ ਕੋਲੇ? ਲੈ ਨੀ ਮੈਂ ਤਾਂ ਧੀਏ ਤੜਕੇ ਸਵੇਰ ਹੀ ਜਿਹੜੀ ਪਹਿਲੀ ਬੱਸ ਹੈ ਨਾ ਉਹ ਤੇ ਚੜ ਜਾਣਾ। ਵਾਹ, ਮੈਂ ਵੀ ਤੇਰੇ ਨਾਲ ਹੀ ਬੈਗ ਚੱਲੂੰਗੀ। ਮੈਂ ਵੀ ਤੇਰੇ ਨਾਲ ਹੀ ਬੈਗ ਚੱਲੂੰਗੀ, ਨਾ ਘਰ ਦਾ ਧਿਆਨ ਕੌਣ ਰੱਖੂਗਾ। ਨਾਲੇ ਗੱਲ ਸੁਣ, ਆ ਮੁੰਡੇ ਨੂੰ ਤਾਂ ਘਰੋਂ ਬਿਲਕੁਲ ਨਹੀਂ ਬਾਹਰ ਨਿਕਲਣ ਦੇਣਾ, ਇਹਦੇ ਤਾਂ ਐਨ ਲਗਾਮ ਖਿੱਚ ਕੇ ਰੱਖਣੀਆਂ। ਨਾਲੇ ਪੁੱਤ 100 ਆਇਆ ਗਿਆ ਹੁੰਦਾ ਵਿਆਹ ਦਾ ਦਿਨ ਹੈ, ਤੂੰ ਇੱਕ ਜਣਾ ਤਾਂ ਘਰੇ ਹੋਣਾ ਚਾਹੀਦਾ। ਇੱਕ ਜਣਾ ਘਰੇ ਹੋਣਾ ਚਾਹੀਦਾ, ਫਿਰ ਵੀਰਾ ਘਰੇ ਰਹਿ ਜਾਊਗਾ। ਉਹ ਵੀਰੇ ਨੇ ਤਾਂ ਘਰੇ ਜਾਣਾ ਹੈ, ਮਤਲਬ ਘਰੋਂ ਨਹੀਂ ਨਿਕਲਣਾ ਇਹਨੇ, ਤੂੰ ਘਰੇ ਰਹਿ। ਇਹ ਮੰਮੀ ਦਾ ਵੀ ਨਾ ਕੋਈ ਦੀਨ ਮਾਨੀ ਮਿੰਟ ਮਿੰਟ ਤੇ ਬਦਲਦੀ ਹੈਗੀ। ਚੱਲ ਠੀਕ ਆ, ਮੇਰੀ ਤਾਂ ਤੁਸੀਂ ਕਦੇ ਹਾਂ ਚ ਹਾਂ ਭਰੇ ਹੋਣਾ, ਆਪਦੀ ਪਗਾਉਣੀ ਹੁੰਦੀ ਆ। ਮੈਨੂੰ ਕੁੜੀ ਥੋੜੀ ਸਮਝਦੇ ਹੋ, ਸਮਝ ਕੇ ਵੀ ਬਸ ਕੰਮ ਵਾਲੀ ਆ ਇਹ। ਉਹ ਭੈਣੇ ਤੂੰ ਕੀ ਕਰੇਂਗੇ ਨਾਲ ਜਾ ਕੇ? ਮੰਮੀ ਆਪ ਹੀ ਜਾਇਓਗੀ, ਮੰਮੀ ਕਾਰ ਦੇ ਡੱਬਾ ਆਪੇ ਫੜਾਇਓਗੀ, ਤੂੰ ਭਰੀ ਰਹੀ। ਚੱਲ ਠੀਕ ਹੈ ਪੁੱਤ, ਹੁਣ ਤੂੰ ਆਏ ਕਰ, ਇੱਕ ਤਾਂ ਕਾਰਡ ਇੱਕ ਬਰਫੀ ਦਾ ਡੱਬਾ ਤਿਆਰ ਕਰ ਦੇ, ਨਾਲੇ ਪੁੱਤ ਸੋਹਣੇ ਜਿਹੇ ਕੱਪੜੇ ਨਾ ਤਿਆਰ ਕਰਕੇ ਰੱਖ ਦੇ ਮੇਰੇ ਸਵੇਰ ਲਈ। ਚੱਲ ਜਾਓ ਮੇਰੀ ਲਾਡੋ ਰਾਣੀ। ਨਾਲੇ ਪੁੱਤ ਤੂੰ ਗੱਲ ਸੁਣ, ਜਿਹੜਾ ਆਪਣਾ ਸ਼ਾਮਾ ਹਲਵਾਈ ਆ ਉਹਨੂੰ ਕਿਹਾ ਵੀ ਤਿਆਰੀ ਤਿਊਰੀ ਕਰਕੇ ਰੱਖੇ, ਜਿੰਨੀ ਵੀ ਮਠਿਆਈ ਹੈ ਨਾ ਵਧੀਆ ਬਣਾ ਕੇ ਦੇਵੇ, ਐਨ ਮੈਂ ਕਹਿੰਦੀ ਰਿਸ਼ਤੇਦਾਰੀ 'ਚ ਨਾ ਵਾਹ ਵਾਹ ਹੋ ਜੇ ਵੀ ਵਿਆਹ ਕੀਤਾ ਸੀ ਮੁੰਡੇ ਦਾ, ਕੀ ਕਹਿੰਦਾ? ਹਾਂ ਮੰਮੀ ਮੈਂ ਜਾ ਆਉਂਗਾ, ਨਾਲੇ ਮੈਂ ਜਾ ਕੇ ਆਉਂਗਾ ਟੈਂਟ ਵਾਲੇ ਲੋ ਜਾ ਕੇ ਆਉਣਾ। ਹਾਂ ਸੱਚ, ਉਹਦੇ ਵੀ ਜਾ ਕੇ ਆਣ। ਹਾਂ ਨਿਬੇੜਿਆ ਪੁੱਤ ਸਾਰੇ ਕੰਮ। ਚੱਲ ਠੀਕ ਹੈ। ਲੈ ਚੰਗਾ ਮਾਸੀ, ਆ ਜੀ ਜਦੋਂ ਮਰਜ਼ੀ, ਤੇਰਾ ਘਰ ਹੈ। ਹਾਂ ਕੋਈ ਗੱਲ ਨੀ, ਹੁਣ ਫੋਨ ਤੇ ਹੀ ਦੱਸੀ ਜਾਏਗੀ ਕਿ ਘਰੇ ਕਾਰਡ ਡੱਬਾ ਵੀ ਲੈ ਕੇ ਆਵੇਂਗੀ। ਨਾ ਨਾ ਮੈਂ ਆਉਂਗੀ ਪਹਿਲਾਂ, ਨਾਲੇ ਬਰਫੀ ਦਾ ਡੱਬਾ ਲੈ ਕੇ ਆਉਂਗੀ। ਚੱਲ ਆ ਜੀ ਕੋਈ ਨਾ, ਜਦੋਂ ਮਰਜ਼ੀ ਆ ਜੀ। ਮੈਂ ਨੋਹਾਂ ਤੋਂ ਗੱਲਾਂ ਥੋੜੀ ਸੁਣਨੀਆਂ ਨੇ। ਠੀਕ ਹੈ। ਕੀ ਗੱਲ ਕਰੀ ਜਾਨੀ ਆ ਫੋਨ ਤੇ ਗੱਲਾਂ? ਪਾਲੋ ਮਾਸੀ ਦਾ ਫੋਨ ਸੀਗਾ। ਅੱਛਾ ਮੁੰਡੇ ਦਾ ਵਿਆਹ ਰੱਖ ਲਿਆ ਉਹਨੇ। ਵਿੱਕੀ ਦਾ? ਓਏ ਉਹਨੇ ਤਾਂ ਕਦੇ ਗੱਲ ਨਹੀਂ ਕਰੀ ਆਪਣੇ ਨਾਲ। ਆਪਣੇ ਨਾਲ ਕੀ ਲੋੜ ਆ ਗੱਲ ਕਰਨ ਦੀ? ਉਹਨੂੰ ਗੱਲ ਉਹ ਛੋਟਿਆਂ ਨਾਲ ਕਰੂਗੀ ਨਾ। ਪਹਿਲਾਂ ਉੱਧਰ ਆਊਗੀ ਕਾਰਡ ਤੇ ਡੱਬਾ ਲੈ ਕੇ, ਦੇਖਿਓ ਹੁਣ ਤਮਾਸ਼ਾ ਉਹਨਾਂ, ਤੇ ਫੇਰ ਆਊਗੀ ਆਪਣੇ ਵਾਲਾ, ਫਿਰ ਫਫੜੇ ਜੇ ਪਾਊਗੀ ਇੱਥੇ ਆ ਕੇ, ਹੈ ਜੋ ਕਿ ਵੱਡੇ ਆਪਾਂ
ਹੱਕ ਤਾਂ ਆਪਣਾ ਹੈ ਨਾ ਪਹਿਲਾਂ। ਉਹ ਚੱਲ ਕੋਈ ਨਾ, ਆਪਾਂ ਕਹਾਂ ਡੱਬੇ ਦੇ ਕਾਰ ਦੇ ਭੁੱਖੇ ਬੈਠਿਆ, ਜੇ ਆ ਗਈ ਤਾਂ ਬਾ ਜਾਂਗੇ, ਨਹੀਂ ਆਪਦੇ ਘਰੇ ਬੈਠਿਆ। ਤੂੰ ਤਾਂ ਵੀ ਟੈਨਸ਼ਨ ਲਈ ਜਾਂਦੀ ਆ। ਲੈ ਆਊਗੀ ਤਾਂ ਸਹੀ ਲਾਜ਼ਮੀ, ਇਹ ਤਾਂ ਗੱਲ ਹੈ ਨਹੀਂ ਕਿ ਨਾ ਆਵੇ, ਕਿਉਂਕਿ ਉਹਨੇ ਸ਼ਗਨ ਸ਼ੁਗਨ ਵੀ ਲੈਣੇ ਨੇ ਨਾ ਮੋਟੇ। ਨਾਲੇ ਮੇਰੀ ਗੱਲ ਸੁਣ ਲਓ, ਮੈਨੂੰ ਜਾ ਕੇ ਨਾ ਕੱਪੜੇ ਦਵਾ ਲਿਓ, ਸੂਟ ਲੈਣੇ ਨੇ। ਨਾਲੇ ਐਂ ਨਹੀਂ ਹੈਗਾ ਵੀ ਕੋਈ 5-4 ਹਜ਼ਾਰ ਦਾ ਸੂਟ ਲੈਣਾ, 15-15 ਹਜ਼ਾਰ ਵਾਲੇ ਸੂਟ ਲੈਣੇ ਨੇ। ਕਿਤੇ ਐਂ ਨਾ ਹੋਵੇ ਕਿ ਜੱਸੇ ਦੀ ਵਹੁਟੀ ਦੇ ਮੇਰੇ ਤੋਂ ਵਧੀਆ ਹੋਣ ਸੂਟ ਅਤੇ ਮੇਰੀ ਬੇਇੱਜ਼ਤੀ ਹੋ ਜੇ। ਇਹ ਹਿਸਾਬ ਲਾ ਲਿਓ, ਸਾਰਾ ਕੁਛ ਉਹਦੇ ਤੋਂ ਉੱਤੋਂ ਦੀ ਲੈਣਾ ਮੈਂ। ਉਹ ਕੋਈ ਗੱਲ ਨਹੀਂ, ਉਹ ਤੂੰ ਐਂ ਦੱਸ ਮੈਨੂੰ, ਅੱਗੇ ਤੈਨੂੰ ਕਦੇ ਮੈਂ ਸਸਤਾ ਸੂਟ ਲੈ ਕੇ ਦਿੱਤਾ ਹੈ? ਓਏ ਉਹਨਾਂ ਨਾਲੋਂ ਤੇਰੀ ਚੜਾਈ ਉਹ ਕਰਕੇ ਰੱਖੂੰਗਾ, ਟੈਨਸ਼ਨ ਨਾ ਲੈ। ਸਭ ਨਾਲੋਂ ਵੱਧ ਟੌਰ ਤੇਰੀ ਹੋ ਗਈ ਉੱਥੇ, 15 ਹਜ਼ਾਰ ਛੱਡ ਤੂੰ 20 ਹਜ਼ਾਰ ਲੈ ਕੇ ਦਊਗਾ ਤੈਨੂੰ। ਕਮਾਲ ਕਰਦੀ ਆ, ਤੇਰੇ ਲਈ ਜਾਨ ਹਾਜ਼ਰਾ ਜਾਨ ਹਾਜ਼ਰ। ਐਂ ਤਾਂ ਤੁਸੀਂ ਬਾਹਲੇ ਚੰਗੇ ਹੋ, ਮੈਨੂੰ ਪਤਾ ਹੈ ਵੀ ਮੇਰੀ ਕਦੇ ਨਾ ਪਿੱਠ ਨਹੀਂ ਲੱਗਣ ਦਿੱਤੀ ਤੁਸੀਂ, ਸਾਰਿਆਂ ਨਾਲੋਂ ਵੱਧ ਚੜ੍ਹਾਈ ਮੇਰੀ ਹੁੰਦੀ ਹੈ। ਨਾਲੇ ਪਤਾ ਲੱਗਦਾ ਵੀ ਵੱਡੇ ਦੀ ਬਹੂ ਹੈ। ਉਹ ਤਾਂ ਹੈ ਹੀ ਬਈ, ਮੈਂ ਗਿਆ ਵਾ ਸ਼ਹਿਰ, ਮੈਨੂੰ ਕੰਮ ਹੈ। ਨਾਲੇ ਮੇਰੀ ਸੁਣ ਲਾ ਗੱਲ, ਜੇ ਮਾਸੀ ਆ ਗਈ ਨਾ ਉਹਨੂੰ ਚਾਹ ਪਾਣੀ ਪਿਆ ਦੀ। ਇਹ ਨਾ ਹੋਵੇ ਵੀ ਮੈਂ ਵੱਡੇ ਦੇ ਘਰੇ ਜਾ ਕੇ ਆਈ ਹਾਂ, ਮੈਨੂੰ ਇਹ ਨਹੀਂ ਦਿੱਤਾ ਉਹਨਾਂ ਨੇ, ਫਲਾਣਾ ਨਹੀਂ ਦਿੱਤਾ ਹੈ, ਵੀ ਛੋਟਿਆਂ ਨੇ ਮੇਰੀ ਜ਼ਿਆਦਾ ਸੇਵਾ ਕਰੀ ਆ, ਪਿੱਠ ਨਾ ਲਵਾ ਦੀ ਮੇਰੀ। ਲੈ ਐਂ ਕਿਉਂ ਫਿਕਰ ਕਰਦੇ ਹੋ, ਐਂ ਤਾਂ ਮਾਸੀ ਨੂੰ ਚਾਹ ਪਾਣੀ ਵਧੀਆ ਪਿਆਊਂ, ਐਂ ਥੋੜ੍ਹੀ ਹੈ ਵੀ ਛੋਟੇ ਨੇ ਜ਼ਿਆਦਾ ਸੇਵਾ ਕੀਤੀ ਅਤੇ ਵੱਡੇ ਵਾਲੀ ਨੇ ਕੀਤੀ ਨਹੀਂ। ਐਂ ਨਾ ਫਿਕਰ ਕਰੋ ਅਤੇ ਚਾਹ ਪਾਣੀ ਪਿਆਊਂ, ਰੋਟੀ ਖਾਊਂ। ਚੱਲ ਐਂ ਕਰ, ਫਿਰ ਮੈਂ ਗਿਆ ਮੈਂ ਸ਼ਹਿਰ। ਠੀਕ ਹੈ, ਵੈਸੇ ਤਾਂ ਮਾਸੀ ਦੇ ਹੁੰਦੇ ਮੈਂ ਆ ਜਾਊਂਗਾ, ਠੀਕ ਆ? ਠੀਕ ਹੈ, ਲੇਟ ਨਹੀਂ ਹੁੰਦਾ, ਮੈਂ ਜਾ ਮੈਂ ਜਲਦੀ ਮੁੜ ਆਊਂਗਾ ਮੈਂ। ਜਾਇਓ, ਮੈਂ ਧਿਆਨ ਰੱਖੇ ਜਿਹੜੀ ਗੱਲ ਕਹੀ ਹੈ ਤੈਨੂੰ। ਓ ਚੰਗਾ, ਮੈਂ ਵੀ 4 ਕੱਪੜੇ ਧੋ ਲਾਂ। ਠੀਕ ਆ ਠੀਕ ਆ, ਨਿਬੇੜ ਲਾਂ ਕੰਮ। ਚੱਲ ਮੈਂ ਮਸ਼ੀਨ ਭਰੀ ਪਈ ਅੱਜ ਕੱਪੜਿਆਂ ਦੀ। ਓਏ ਆ ਜਾ ਜਸਵਿੰਦਰੇ, ਪਹਿਲੀ ਲੇਟ ਆ ਯਾਰ ਆਪਾਂ। ਆਵਾਂ ਕੀ, ਬਸ ਜਿੰਦਾ ਤਾਂ ਲਾ ਲਾ। ਓ ਬਾਪੂ ਬੈਠਾ ਤਾਂ ਹੈ ਘਰੇ, ਜਿੰਦੇ ਨੂੰ ਕੀ ਲੱਗਿਆ? ਬਾਪੂ ਦਾ ਕੀ ਤਬਾਰ ਆ, ਅੱਜ ਕੱਲ ਚੋਰ ਪਤਾ ਕਿੰਨੇ ਫਿਰਦੇ ਆ, ਕੋਈ ਕਿਸੇ ਦੀ ਟੂਟੀਆਂ ਲਾ ਕੇ ਲੈ ਜਾਂਦੇ ਨੇ ਕੋਈ ਕੁਛ, ਜੇ ਚੀਜ਼ ਚੁੱਕ ਗਈ ਮੈਂ ਕਿਹਨੂੰ ਕਹਾਂਗੀ? ਓ ਬਾਈ ਤੁਸੀਂ ਤਾਂ ਪਤਾ ਨਹੀਂ ਕਿੱਥੇ ਜਾ ਰਹੇ ਹੋ, ਐਂ ਕਰੋ ਮੇਰੇ ਵਾਸਤੇ ਨਾ ਚਾਹ ਕਰਕੇ ਰੱਖ ਜਾਓ ਥੋੜ੍ਹੀ ਜੀ, ਮੈਂ ਫਿਰ ਪੀ ਲੂੰਗਾ, ਉਹ 'ਚ ਪਾ ਦਿਓ ਕੇਤਲੀ 'ਚ ਹੈਂ। ਲੈ ਖਰੀਦ ਲਓ ਬਰੀਆਂ, ਚੰਗਾ ਭਲਾ ਪਤਾ ਕਿ ਸ਼ਹਿਰ ਚੱਲੇ ਨੇ, ਫਿਰ ਵੀ ਆਵਾਜ਼ ਮਾਰਨੀ ਹੈ ਪਿੱਛੋਂ ਇੱਕ ਵਾਰੀ ਨਾ। ਬਾਪੂ ਜੀ ਮੈਨੂੰ ਇਹ ਦੱਸੋ, ਜੇ ਕਦੇ ਨਾ ਚਾਹ ਪੀਓਗੇ ਕਿਹੜਾ ਕੁਛ ਹੋ ਜਾਊਗਾ, ਨਾ ਅਸੀਂ ਕਿਹੜਾ ਉੱਥੇ ਰਹਿਣਾ ਬਾਪੂ ਜੀ, ਸ਼ਾਮ ਤਾਂ ਹੀ ਮੁੜੇ ਆਉਣਾ। ਉਹ ਭਾਈ ਹੁਣ ਅੱਥਣ ਤੱਕ ਮੈਂ ਭੁੱਖੇ ਬੈਠਿਆ ਰਹੂੰਗਾ, ਉੱਧਰ ਤੁਸੀਂ ਘਰ ਨੂੰ ਵੀ ਜਿੰਦਾ ਲਾ ਗਏ, ਮੇਰੀ ਦਵਾਈ ਵੀ ਅੰਦਰ ਪਈ ਆ, ਭਲਾ ਜੇ ਮੈਨੂੰ ਕੁਛ ਹੋ ਗਿਆ ਕੌਣ ਚੱਕੂ ਮੈਨੂੰ? ਕਿਤੇ ਨਹੀਂ ਕੁਛ ਹੁੰਦਾ, ਚਲੋ ਜੀ। ਤੁਹਾਡੀ ਮਰਜ਼ੀ ਆ ਭਾਈ। ਆਹ ਦੇਖ ਲਓ ਜੀ, ਫਿਰ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਬੋਲਦੀ ਹਾਂ, ਬੋਲਣਾ ਤਾਂ ਹੋਰ ਕੀ ਹਾਰ ਪਾਵਾਂ। ਉਹ ਚੱਲ ਕੋਈ ਨਾ, ਇਸ ਉਮਰ ਚ ਆ ਕੇ ਸੁਭਾਅ ਬੱਚੇ ਵਰਗਾ ਹੋ ਜਾ, ਤੂੰ ਗੁੱਸਾ ਨਾ ਕਰਦਾ ਬਾਪੂ ਜੀ। ਇਹ ਚੋਂ ਤਾਂ ਠੀਕ ਹੈ ਜੀ, ਤੁਸੀਂ ਇਹ ਦੱਸੋ ਕਿ ਮੈਂ ਅੱਜ ਕਿਵੇਂ ਦੀ ਲੱਗਦੀ ਆ? ਸੱਚ ਕਹਾਂ ਜਸਵਿੰਦਰ, ਮੈਨੂੰ ਤਾਂ ਤੂੰ ਬਣੀ ਠੀਕ ਪ੍ਰੀਤੀ ਸੁਪਰ ਲੱਗੀ। ਚੱਲ ਝੂਠੇ ਨਹੀਂ ਬੋਲ, ਤੂੰ ਝੂਠਿਆਂ ਤਰੀਫਾਂ ਕਰੀ ਜਾਂਦੀ। ਚੱਲ ਛੱਡੋ, ਮੈਨੂੰ ਇਹ ਦੱਸੋ ਜਿਹੜੀ ਮੈਂ ਗੱਲ ਕਹੀ ਸੀ ਉਹ ਯਾਦ ਆ ਤੁਹਾਡੇ? ਓਏ ਯਾਰ ਤੂੰ ਦੁਬਾਰਾ ਫਿਰ ਦੱਸ। ਵੱਡੀ ਨਾਲ ਉਹਨਾਂ ਮਹਿੰਗੇ ਤੇ ਸੋਹਣੇ ਸੂਟ ਲੈਣੇ ਆ ਮੈਂ, ਇਹਨਾਂ ਨੂੰ ਉੱਥੇ ਜਾ ਕੇ ਦੁਕਾਨ ਤੇ ਬਦਲ ਜੋ। ਤੂੰ ਟੈਨਸ਼ਨ ਨਾ ਲੈ, ਤੂੰ ਜਿਹੜੇ ਸੂਟ ਤੇ ਹੱਥ ਰੱਖੇਂਗੀ ਨਾ ਤੈਨੂੰ ਉਹੀ ਸੂਟ ਦਵਾਂਗਾ।
ਉਹ ਸੂਟ ਭਾਵੇਂ 10,000 ਦਾ ਹੋਵੇ ਭਾਵੇਂ 15 ਦਾ, ਹੋਰ ਦੱਸ। ਐਂ ਤਾਂ ਮੈਨੂੰ ਮਾਣ ਹੈ ਤੁਹਾਡੇ ਤੇ। ਚਲੋ ਫਿਰ ਚੱਲੀਏ, ਚਲ ਆ ਜਾ ਕੇ। ਦੇਖ ਲਾ ਸ਼ਾਮ ਕੁਰੇ, ਉਹ ਮਰ ਜਾਣੀ, ਤੂੰ ਤਾਂ ਮਰ ਗਈ, ਮੈਨੂੰ ਆਹ ਕੰਜਰਾਂ ਦੇ ਬਸ ਪਾ ਗਈ। ਸਾਰੀ ਗੱਲ ਆ, ਜਦ ਤੂੰ ਜਿਉਂਦੀ ਹੁੰਦੀ ਸੀ ਨਾ, ਪਾਣੀ ਮੰਗਦਾ ਸੀ ਨਾਲੇ ਚਾਹ ਆ ਜਾਂਦੀ ਸੀ, ਹੁਣ ਪਾਣੀ ਵੱਧ ਵੀ ਹਾੜੇ ਕੱਢਣੇ ਪੈਂਦੇ ਨੇ ਇਹਨਾਂ ਦੇ, ਬਹੁਤ ਔਖਾ, ਬਹੁਤ ਜ਼ਿਆਦਾ। ਲੋਕ ਕਹਿੰਦੇ ਨੇ ਸਿਆਣੇ ਬੰਦੇ ਘਰ ਦਾ ਜਿੰਦਾ ਹੁੰਦੇ ਨੇ, ਆ ਮੈਂ ਬੈਠਾ ਫਿਰ ਵੀ ਕਰਮ ਵਾਲੇ ਜਿੰਦਾ ਲਾ ਕੇ ਘਰ ਨੂੰ, ਜਿਵੇਂ ਮੇਰੇ 'ਤੇ ਭਰੋਸਾ ਹੀ ਨਹੀਂ ਹੈਗਾ ਕੋਈ, ਨਾਲੇ ਪਤਾ ਵੀ ਸਾਰਾ ਮੇਰਾ ਹੀ ਕਮਾਇਆ ਹੋਇਆ, ਕੋਈ ਜ਼ਿੰਦਗੀ ਨਹੀਂ। ਚਲੋ ਜਿਵੇਂ ਮਰਜ਼ੀ ਹੈ ਨਾਲੇ ਖੁਸ਼ ਰਹਿਣਾ। ਨਾਲੇ ਮੇਰੀ ਗੱਲ ਸੁਣ ਪੁੱਤ, ਤੂੰ ਘਰ 'ਚ ਇਕੱਲੀ ਆ, ਧਿਆਨ ਰੱਖੀ ਆਪਣਾ, ਚੰਗਾ? ਆਇਆ ਗਿਆ ਕੋਈ ਰਹਿੰਦਾ। ਉਹ ਠੀਕ ਹੈ ਮੰਮੀ, ਕਾਹਤੋਂ ਇੰਨੀ ਟੈਨਸ਼ਨ ਲਈ ਆ, ਤੂੰ ਬੇਫਿਕਰ ਹੋ ਕੇ ਜਾ। ਚੱਲ ਮੇਰੀ ਸਿਆਣੀ ਤੀ। ਹੈਂ ਬੇਬੀ ਕੀ ਬੇ, ਆ ਜਾ ਹੁਣ, ਉਹ ਦੇਖ ਲੈ ਟਾਈਮ ਕਿੰਨਾ ਹੋਈ ਜਾਂਦਾ, ਉਹੀ ਨਾ ਮੇਰੀ ਬੱਸ ਕਢਾ ਦੀ। ਆ ਮੈਂ ਫੋਨ ਵਿੱਚ ਪਾ ਲਾਂ, ਉਹੀ ਕੋਈ ਫੋਨ ਝਪਟ ਲੈ ਮੇਰਾ। ਉਹ ਚੱਲ ਪੁੱਤ ਚੱਕ ਬੈਗ, ਮੇਰੀ ਬੱਸ ਨਿਕਲ ਜਾਣੀ ਆ। ਉਹ ਮੰਮੀ ਤੂੰ ਕਿੱਥੇ ਬੱਸਾਂ ਦੇ ਧੱਕੇ ਖਾਂਦੀ ਫਿਰੇਂਗੀ, ਗੱਡੀ ਆਪਣੇ ਘਰੇ ਖੜੀ ਹੈ, ਮੈਂ ਤੈਨੂੰ ਗੱਡੀ ਛੱਡ ਕੇ ਨਾਲੇ ਮੈਂ ਚੱਲਦਾ ਤੇਰੇ ਨਾਲ। ਸਹੀ ਕਿਹਾ ਵੀਰੇ, ਤੇਰੇ ਨਾਲ ਫਿਰ ਮੈਂ ਵਾਜੂ, ਜਦੋਂ ਗੱਡੀ ਲੈ ਕੇ ਤਾਂ ਜਾਣੀ ਆ। ਆਹਾ ਦੇਖ ਕਿਵੇਂ ਤਿਆਰ ਹੋਈ ਫਿਰਦੀ ਹੈ, ਹੁਣੇ ਸਮਝਾਇਆ ਵੀ ਪੁੱਤ ਘਰ 'ਚ ਰਹਿ। ਨਾ ਪੁੱਤ, ਨਾਲੇ ਤੇਰੀ ਸਾਹੇ ਲੱਤ ਬੰਨੀ ਹੋਈ ਹੈ, ਹੈ ਇਸ ਟਾਈਮ ਤੇ ਤਾਂ ਕਰੀ ਰਹਿੰਦਾ ਹੁੰਦਾ, ਚੰਗਾ ਸਮਝਦਾਰੀ ਤੋਂ ਕੰਮ ਲਿਆ ਕਰ, ਚੱਲ ਛੱਡ ਕੇ ਆ। ਉਹ ਮੰਮੀ ਤੂੰ ਚੱਲੀ ਤਾਂ ਹੈਗੀ ਆ, ਨਾਲੇ ਗਹਿਣਾ ਤਾਂ ਪਤਾ ਕਰੇਗੀ। ਓਏ ਹਾਂ ਸੱਚ ਪੁੱਤ, ਇਹ ਤਾਂ ਸ਼ੁਕਰ ਹੈ ਤੂੰ ਮੈਨੂੰ ਯਾਦ ਕਰਾਤਾ, ਨਾਲੇ ਮੁੱਲਾਪੁਰ ਤਾਂ ਨਾਲ ਹੀ ਹੈ, ਮੈਂ ਧੰਮੀ ਸੁਨਿਆਰੇ ਤੇ ਹੋ ਕੇ ਆਉਂਗੀ, ਨਾਲੇ ਉਹਨੂੰ ਪੁੱਛ ਲਊਂਗੀ ਭਾਈ ਵੀ ਇੰਨੀ ਦੇਰ ਹੋ ਗਈ ਤੈਨੂੰ ਗਹਿਣੇ ਦਿੱਤੇ ਨੂੰ, ਵੀ ਕਿੰਨਾ ਕੁ ਕੰਮ ਹੋਰ ਰਹਿ ਗਿਆ। ਚੱਲ ਫਿਰ ਚੱਲੀਏ ਹੁਣ, ਕਵੇਲਾ ਹੋਈ ਜਾਂਦਾ। ਉਹ ਤਾਂ ਠੀਕ ਹੈ ਮੰਮੀ, ਨਾਲੇ ਆਪਦਾ ਉੱਥੇ ਨਾ ਜੀ ਲਾ ਕੇ ਬੈਠ ਜੀ, ਸ਼ਾਮ ਨੂੰ ਆਪਦਾ ਜਲਦੀ ਆ ਜੀ ਘਰੇ। ਆ ਜਾਊਂਗੀ ਆ ਜਾਊਂਗੀ, ਪਤਾ ਕਿੰਨੇ ਰਿਸ਼ਤੇਦਾਰੀਆਂ ਦੇ ਜਾਣਾ, ਤੇਰੀ ਮਾਸੀ ਕੇ ਜਾਣਾ, ਮਾਮੇ ਕੇ ਜਾਣਾ, ਹੋਰ ਜਿੰਨੇ ਆਲੇ ਦੁਆਲੇ ਰਿਸ਼ਤੇਦਾਰ ਨੇ ਪੁੱਤ ਸਾਰਿਆਂ ਦਾ ਨਿਬੇੜ ਕੇ ਤਾਂ ਆਉਂਗੀ ਮੈਂ। ਉਹ ਤਾਂ ਠੀਕ ਹੈ, ਪਰ ਫਿਰ ਵੀ ਮੈਂ ਕਹਿੰਦੀ ਸੀਗੀ, ਇੱਕ ਤਾਂ ਤੈਨੂੰ ਪਤਾ ਹੀ ਹੁਣ ਮੌਸਮ ਬਦਲ ਗਿਆ ਨਾ, ਮਿੰਟਾਂ 'ਚ ਧੁੰਦ ਡਿੱਗ ਜਾਂਦੀ ਹੈਗੀ। ਨਾਲੇ ਮੰਮੀ ਜਦੋਂ ਦੀ ਮਾਸੀ ਪੂਰੀ ਹੋਈ ਆ ਨਾ, ਘਰ ਸੁੰਨਾ ਸੁੰਨਾ ਜਿਹਾ ਹੋ ਗਿਆ, ਉੱਥੇ ਜਮੀ ਰੌਣਕ ਨਹੀਂ ਰਹੀ, ਮੈਂ ਤਾਂ ਮਾਸੀ ਦੇ ਹੱਥਾਂ 'ਚ ਪਲਿਆ ਖੇਡਿਆ ਮੈਂ। ਹਾਂ ਪੁੱਤ ਉਹ ਤਾਂ ਹੈ ਹੀ ਆ, ਪਰ ਕੀ ਕਰੀਏ, ਰਿਸ਼ਤੇਦਾਰੀਆਂ ਵੀ ਭਗਾਉਣੀਆਂ ਪੈਂਦੀਆਂ ਨੇ, ਹਨਾ, ਵਿਆਹ ਦਾ ਦਿਨ ਹੈ, ਨਾਲੇ ਸੁੱਖ ਨਾਲ ਮਾਸੜ ਹੈ, ਹੈ ਜਵਾਕ ਨੇ, ਨੂੰਹਾਂ ਨੇ, ਹਰਿਆ ਭਰਿਆ ਟੱਬਰ ਹੈ, ਹੈ ਕਾਰਡ ਦਊਂਗੀ ਸਾਰਾ ਟੱਬਰ ਆਊਗਾ ਨਾਲੇ, ਹੈ ਖੁਸ਼ੀ ਗਮੀ ਤਾਂ ਹੁੰਦੀ ਰਹਿੰਦੀ ਆ ਪੁੱਤ। ਚੱਲ ਹੁਣ ਕੀ ਕਰ ਸਕਦੇ ਆ, ਚੱਲ ਬੱਸ ਚੜਾਇਆ ਹੁਣ ਮੈਨੂੰ। ਹੋਰ ਵੀਰੇ ਪੂਰੀ ਗੱਲਾਂ ਚ ਲਾ ਕੇ ਖੜ ਗਿਆ ਮੰਮੀ ਨੂੰ। ਚੱਲ 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 ਮੰਮੀ, ਚੱਲ ਚੱਲ ਆ ਜਾ, ਧਿਆਨ ਨਾਲ ਜਾਇਓ। ਆਹੋ ਹੈ, ਕੋਈ ਨਹੀਂ ਆਇਆ ਤੇਲ ਚੋਣ ਨੂੰ, ਲੈ ਦੱਸ, ਨਾਲ ਮੈਂ ਕਿਹਾ ਸੀ ਵੀ ਮੈਂ ਆਉਂਗੀ, ਚੱਲ ਕੋਈ ਨਹੀਂ ਆਹ ਕਰੀਓ। ਬੇ ਜੱਸੇ, ਜੱਸੇ
ਉਹ ਲੱਗਦਾ ਮੰਜੇ ਤੇ ਵੀ ਪਿਆ। ਜੀਜਾ, ਓ ਜੀਜਾ। ਓ ਪਾਲੋ। ਹਾਂ ਮੈਂ ਪਾਲੋ। ਬਹਿ ਜਾ। ਬਹਿ ਗਈ ਭਾਈ। ਸਤਿ ਸ੍ਰੀ ਅਕਾਲ ਜੀਜੇ, ਹੋ ਤਕੜੇ? ਹਾਂ ਬਸ ਤਕੜੇ ਆ। ਕਦੇ ਤਕੜੇ ਆ ਭਾਈ, ਜਦ ਤੱਕ ਤੇਰੀ ਭੈਣ ਤੀ ਖਿਆਲ ਰੱਖੀ ਜਾਂਦੀ ਸੀ ਮਾੜਾ ਮੋਟਾ, ਹੁਣ ਤਾਂ ਤੈਨੂੰ ਪਤਾ ਹੀ ਆ। ਫਿਰ ਚਲੋ, ਲੰਘੀ ਜਾਂਦਾ ਟਾਈਮ। ਹੋਰ ਆਪਣੇ ਠੀਕ ਨੇ ਜਵਾਕ ਚੱਲੇ? ਹਾਂ ਸਭ ਠੀਕ ਠਾਕ ਨੇ। ਚਲੋ। ਆ ਜੱਸਾ ਤੇ ਉਹਦੀ ਘਰ ਵਾਲੀ ਨੀ ਦਿੰਦੀ ਹੈਗੀ, ਤੇ ਉਹ ਜਿੰਦਾ ਵੀ ਲੱਗਿਆ ਹੋਇਆ, ਤੂੰ ਘਰੇ ਇਕੱਲਾ ਬੈਠਾ, ਕੀ ਗੱਲ? ਬਸ ਪਤਾ ਹੀ ਆ ਤੈਨੂੰ ਪਾਲੋ, ਅੱਜ ਕੱਲ ਦਾ ਟਾਈਮ ਕਿਹਾ ਜਾ ਗਿਆ, ਸਿਆਣੇ ਬੰਦਿਆਂ ਤੇ ਕੌਣ ਭਰੋਸਾ ਕਰਦਾ ਹੈ। ਸ਼ਹਿਰ ਗਏ ਨੇ ਉਹ ਦੋਏ ਮਾਲਕ ਜਿਵੇਂ। ਹਾਂ ਲੈ ਦੱਸ, ਨਾਲੇ ਮੈਂ ਦੱਸਿਆ ਸੀ ਫੋਨ ਕਰਕੇ ਵੀ ਮੈਂ ਕਾਰਡ ਤੇ ਬਰਫੀ ਦਾ ਡੱਬਾ ਦੇਣ ਆਉਂਗੀ ਵਿਆਹ ਦਾ। ਕਿਹਦਾ ਵਿਆਹ ਧਰਤਾ ਭਈ? ਲੈ ਆਪਣੇ ਮੁੰਡੇ ਦਾ ਵਿਆਹ, ਸੁੱਖ ਨਾਲ ਵਿੱਕੀ ਦਾ। ਚਲੋ ਵਧਾਈਆਂ। ਹਾਂ ਤੈਨੂੰ ਵੀ ਜੀਜੇ ਬਹੁਤ ਬਹੁਤ ਵਧਾਈਆਂ। ਚੱਲ ਉਹਦਾ ਤਾਂ ਅਫਸੋਸ ਹੈ ਜੀਜੇ, ਭੈਣ ਚਲੀ ਗਈ, ਪਰ ਹੁਣ ਦੇਖ ਕਾਰਜ ਤਾਂ ਸਾਰੇ ਕਰਨੇ ਹੀ ਪੈਂਦੇ ਨੇ ਹਨਾ। ਸ਼ਾਮੋ ਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਜੀਜਾ, ਪਰ ਗਏ ਕਿਹੜਾ ਹੁਣ ਵਾਪਸ ਆਉਂਦੇ ਨੇ। ਮੇਰੀ ਗੱਲ ਸੁਣ ਜੀਜਾ, ਵਿਆਹ ਦਾ ਕਾਰਡ ਦੇਣ ਆਈ ਆ ਮੈਂ, ਆਪਣੇ ਵਿੱਕੀ ਦਾ ਵਿਆਹ ਹੈ, ਨਾਲੇ ਤੂੰ ਜ਼ਰੂਰ ਆਉਣਾ। ਆਵਾਂਗੇ ਆਵਾਂਗੇ, ਕਿਉਂ ਨਹੀਂ, ਮੇਰਾ ਤਾਂ ਆਪ ਜੀ ਕਰਦਾ ਵੀ ਚੱਲ ਰਿਸ਼ਤੇਦਾਰਾਂ ਨੂੰ ਮਿਲ ਕੇ ਆਵਾਂ। ਘਰਾਂ ਬੈਠਿਆ ਬੈਠਿਆ ਮੰਜੇ ਨਾਲੇ ਜੁੜ ਗਿਆ, ਮੈਂ ਤਾਂ 20 ਵਾਰੀ ਕਿਹਾ ਇਹਨੂੰ ਵੀ ਭਾਈ ਮੈਨੂੰ ਰਿਸ਼ਤੇਦਾਰਾਂ ਦੇ ਗੇੜਾ ਕਢਾ ਲਿਆ ਕਰ, ਕਦੇ ਮਨ ਹੋਰ ਹੋ ਜਾਂਦਾ ਬੰਦੇ ਦਾ, ਪਰ ਸੁਣਦੇ ਨਹੀਂ ਕੋਈ। ਕਹਿ ਦਿੰਦਾ ਬਾਪੂ ਕੀ ਕਰੇਗਾ ਘਰਾਂ ਰਹਿ। ਕੋਈ ਨਾ ਜੀਜਾ ਤੂੰ ਘਬਰਾ ਨਾ, ਕਰਦੀ ਆ ਮੈਂ ਜੱਸੇ ਨਾਲ ਗੱਲ। ਜਸਵਿੰਦਰ ਨੇ ਇੱਕ ਦੋ ਸੂਟ ਲੈਣੇ ਸੀ, ਅਸੀਂ ਬਾਜ਼ਾਰ ਗਏ ਸੀ, ਨਾਲੇ ਕਹਿੰਦੀ ਥੋੜਾ ਮੋਟਾ ਹੋਰ ਸਮਾਨ ਲੈਣਾ। ਨਾਲੇ ਮਾਸੀ ਤੈਨੂੰ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਪੁੱਤ ਬਹੁਤ ਵਧਾਈਆਂ। ਲੈ ਆ ਫੜੋ ਬਰਫੀ ਦਾ ਡੱਬਾ ਤੇ ਨਾਲੇ ਵਿੱਚ ਇਹਦੇ ਕਾਰਡ ਹੈ, ਸਾਰਿਆਂ ਨੇ ਆਣਾ ਨਾ ਤਿਆਰ ਤੁਰ ਹੋ ਕੇ ਪੁੱਤ, ਨਾਲੇ ਮੇਰੇ ਜੀਜੇ ਨੂੰ ਲੈ ਕੇ ਆਣਾ ਨਾਲ, ਸੋਹਣੇ ਜਿਹੇ ਕੱਪੜੇ ਸਮਾ ਦਿਓ ਜੀਜੇ ਦੇ। ਉਹ ਕੋਈ ਨਾ ਮਾਸੀ, ਤੂੰ ਬੇਫਿਕਰ ਰਹਿ, ਅਸੀਂ ਆਪਦੇ ਭਾਵੇਂ ਮਾੜੇ ਪਾ ਲਈਏ ਪਰ ਬਾਪੂ ਦੀ ਪੂਰੀ ਡੋਰ ਬਣਾ ਕੇ ਲਿਆਵਾਂਗੇ। ਚੱਲ ਠੀਕ ਹੈ, ਮੈਂ ਮਾਸੀ ਵਾਸਤੇ ਚਾਹ ਬਣਾਉਣੀ ਆ। ਹਾਂ ਚੱਲ ਠੀਕ ਹੈ, ਤੂੰ ਇਹਨੇ ਚਾਹ ਬਣਾ ਜੀਜੇ। ਐਂ ਕਰ, ਮੈਂ ਨਾ ਹੁਣ ਗੁਰਮੀਤ ਕਨੀ ਜਾਇਆ ਮਾਂ, ਮੈਂ ਉਹਨਾਂ ਦੇ ਵੀ ਕਾਰਡ ਦੇ ਆਵਾਂ। ਅੱਧਾ ਘੰਟਾ ਜਾਏ ਬਾਜ਼ਾਰ। ਹਾਂ ਬਾਪੂ ਜਾਏ ਜਾਂਦੇ ਲੀੜੇ। ਹਾਂ ਲਿਆ। ਚਲੋ ਮੈਂ ਤਾਂ ਕਹਿੰਦਾ ਸੀ ਤੇਰੀ ਮਾਸੀ ਕਹਿੰਦੀ ਵੀ ਤੂੰ ਆਈ ਵਿਆਹ ਚ, ਮੇਰਾ ਵੀ ਲਿਆ ਦਿੰਦੇ ਕੋਈ ਕੁੜਤਾ ਝੱਗਾ।
ਹਾਂ ਬਾਪੂ ਤੇਰੇ ਵਾਸਤੇ ਵੀ ਲਿਆਉਂਗਾ। ਠੀਕ ਆ। ਹੋਰ ਰੋਟੀ ਰੋਟੀ ਖਾਣੀ ਹੈ ਤੂੰ? ਹਾਂ ਖਾ ਲਾਂਗੇ ਜੇ ਬਣਾਓਗੀ ਬਾਪੂ। ਆ ਗੱਲ ਸੁਣਿਓ ਜੀ। ਠੀਕ ਆ। ਤੜਕੇ ਦਾ ਭੁੱਖਾ ਬੈਠਾ ਹਜੇ ਵੀ ਪੁੱਛ ਰਿਹਾ ਬਾਪੂ ਰੋਟੀ ਖਾਏਗਾ। ਹਾਂ ਦੱਸ ਕੀ ਕਹਿੰਦੀ? ਬਾਪੂ ਕੀ ਕਹਿੰਦਾ ਸੀ? ਉਹ ਬਾਪੂ ਨੇ ਕਹਿਣਾ, ਉਹ ਤਾਂ ਪੁੱਛਦਾ ਕਹਿੰਦਾ ਜਾਏ ਵੀ ਯਾਰ ਮਾਂ ਜਾਏ, ਉਹ ਕਹਿੰਦਾ ਇੱਕ ਦੋ ਕੁੜਤੇ ਪਜਾਮੇ ਮੈਨੂੰ ਵੀ ਲਿਆ ਦੇ, ਕਹਿੰਦਾ ਮੈਂ ਵੀ ਵਿਆਹ ਦੇਖਿਆ ਉਹਦਾ। ਆ ਜੁੜੇ ਤੁਹਾਡੇ ਮੂਰੇ ਹੱਥ, ਬਾਪੂ ਨੂੰ ਨਾਲ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਆ, ਨਵੇਂ ਲੀੜੇ ਵੀ ਨੀ ਦਵਾਉਣੇ ਹੈਗੇ, ਉੱਥੇ ਜਲੂਸ ਕੱਢੂਗਾ ਆਪਣਾ ਖੂੰ ਖੂੰ ਕਰਕੇ, ਜੇ ਜ਼ਿਆਦਾ ਬਿਮਾਰ ਹੋ ਗਿਆ ਤੇ ਫਿਰ ਭਾਵੇਂ ਵਿਆਹ ਵੀ ਵੇਚੀ ਛੱਡਣਾ ਪੈ ਜੇ, ਮੈਂ ਨੀ ਲੈ ਕੇ ਜਾਣਾ ਹੈਗਾ। ਜੇ ਆ ਬਾਪੂ ਨੂੰ ਲੈ ਕੇ ਜਾਣਾ ਨਾ ਮੈਂ ਨੀ ਜਾਂਦੀ ਫਿਰ। ਉਹ ਤੂੰ ਕਮਲੀ ਹੋਈ ਆ ਯਾਰ, ਉਹਨੂੰ ਕੱਲੇ ਨੂੰ ਘਰੇ ਛੱਡਾਂ, ਨਾਲੇ ਨੂੰ ਮਾਸੀ ਕਹਿ ਕੇ ਗਈ ਵੀ ਬਾਪੂ ਨੂੰ ਨਾਲ ਲੈ ਕੇ ਆਇਓ। ਮਾਸੀ ਨੂੰ ਕਿਹੜਾ ਸਾਂਭਣਾ ਪੈਂਦਾ, ਮਾਸੀ ਨੇ ਤਾਂ ਗੱਲਾਂ ਚਾਰ ਸੁਣਾ ਕੇ ਤੁਰ ਪਈ, ਸਾਂਭਣਾ ਤਾਂ ਸਾਨੂੰ ਪੈਣਾ ਨਾ ਉੱਥੇ ਜਾ ਕੇ। ਉਹ ਚੱਲ ਕੋਈ ਨੀ, ਤੂੰ ਠੰਡੀ ਰਹਿ, ਜਦੋਂ ਵਿਆਹ ਜਾਵਾਂਗੇ ਦੇਖੀਂ, ਤੂੰ ਐਵੇਂ ਨਾ ਦਿਮਾਗ ਖਰਾਬ ਕਰਾ। ਹਾਂ ਮੇਰਾ ਤੇ ਦਿਮਾਗ ਖਰਾਬ ਹੀ ਹੋਣਾ, ਪਾਗਲ ਜੂਆ ਮੈਂ, ਨਾਲੇ ਸਾਰਾ ਕੁਛ ਕਰਦੀ ਆ ਤੇ ਨਾਲੇ ਗੱਲਾਂ ਕਰਵਾਉਂਦੀ ਆ। ਉਹ ਜੇ ਬਾਪੂ ਨੂੰ ਨਾਲ ਨਾ ਲੈ ਕੇ ਗਏ ਤਾਂ ਮਾਸੀ ਪੁੱਛੂਗੀ ਨੀ ਵੀ ਤੇਰਾ ਬਾਪੂ ਨੀ ਆਇਆ, ਫਿਰ ਕੀ ਜਵਾਬ ਦੇਵਾਂਗੇ? ਮੇਰੀ ਗੱਲ ਸੁਣੋ, ਜੇ ਮਾਸੀ ਪੁੱਛੇਗੀ ਨਾ ਕਿ ਬਾਪੂ ਕਿਉਂ ਨੀ ਆਇਆ ਤੇ ਸਿੱਧਾ ਕਹਿ ਦਿਓ ਬਾਪੂ ਜ਼ਿਆਦਾ ਢਿੱਲਾ ਸੀ, ਅਸੀਂ ਤਾਂ ਕਹਿੰਦੇ ਸੀ ਕਿ ਚੱਲੋ ਕੋਈ ਨੀ ਉੱਥੇ ਦੇਖ ਰੇਖ ਅਸੀਂ ਆਪੇ ਕਰ ਲਾਂਗੇ, ਪਰ ਉਹੀ ਕਹਿੰਦਾ ਸੀ ਨਾ ਮੈਥੋਂ ਤਾਂ ਜਾਇਆ ਹੀ ਨੀ ਜਾਣਾ, ਤੁਹਾਨੂੰ ਅਸੀਂ ਘਰੇ ਛੱਡਿਆ, ਆਹੀ ਰੱਖਿਓ ਹੁਣ। ਬਾਪੂ ਬਣੀ ਨਿਗਾਹ ਮਾਰਦਾ ਤਾਂ ਵੀ ਖੋਲ ਵਾ, ਜੇ ਇਹਦੇ ਨੀ ਸੁਣਦਾ ਤਾਂ ਹੀ ਨਾਰਾਜ਼ ਹੁੰਦੀ, ਮੈਂ ਤਾਂ ਬੱਚੇ ਵਿਚਾਲੇ ਫਸ ਗਿਆ ਕੀ ਕਰਾਂ। ਗੁਰਮੀਤ, ਗੁਰਮੀਤ ਪੁੱਤ ਘਰੀ ਆ? ਹਾਂ ਮਾਸੀ ਜੀ। ਲੈ ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਹੈ? ਠੀਕ ਠਾਕ, ਵਧੀਆ। ਕੱਪੜੇ ਧੋਈ ਜਾਂਦੀ ਸੀ? ਹਾਂ ਹੋਰ, ਮੈਂ ਕੱਲ ਨਿਬੇੜ ਲਿਆ ਕੰਮ। ਚੱਲ ਠੀਕ ਹੈ, ਆ ਜਾ ਬਹਿ ਜਾ ਮਾਸੀ ਜੀ। ਹਾਂ ਹਾਂ ਲੈ ਪੁੱਤ ਲੈ। ਮਾਸੀ ਜੀ ਤੁਸੀਂ ਤਾਂ ਨਾ ਮਸਾਂ ਹੀ ਗੇੜਾ ਮਾਰਿਆ। ਬਸ ਕੀ ਕਰਾਂ ਪੁੱਤ, ਕਬੀਲਦਾਰੀਆਂ ਚ ਕਿੱਥੇ ਨਿਕਲ ਹੁੰਦਾ ਹੈ। ਆਏ ਤਾਂ ਹੈ। ਗੁਰਮੀਤ ਕਿੱਥੇ ਗਿਆ? ਉਹ ਨਾ ਮੜਾ ਜਿਹਾ ਬਾਜ਼ਾਰ ਨੂੰ ਗਏ ਨੇ। ਅੱਛਾ, ਥੋੜਾ ਸਮਾਨ ਲਿਆਉਣਾ ਸੀਗਾ। ਲੈ ਚੱਲ ਆ ਲੈ ਪੁੱਤ, ਮੈਂ ਤਾਂ ਨਾ ਡੱਬਾ ਦੇਣ ਆਈ ਸੀ, ਆਪਣੇ ਵਿੱਕੀ ਦਾ ਵਿਆਹ ਹੈ। ਅੱਛਾ ਹਾਂ, ਆ ਲੈ ਫੜ ਡੱਬਾ, ਵਿੱਚੀ ਕਾਰਡ ਹੈ। ਵਧਾਈਆਂ ਫਿਰ ਤਾਂ ਵਾਲੀਆਂ ਵਾਲੇ ਵਾਸੀ ਜੀ। ਲੈ ਤੈਨੂੰ ਵੀ ਨਾਲੇ, ਸਾਰੇ ਟੱਬਰ ਨੇ ਆਉਣਾ। ਆਵਾਂਗੇ, ਘਰ ਦਾ ਵਿਆਹ ਹੈ, ਅਸੀਂ ਸਾਰਾ ਟੱਬਰ ਆਵਾਂਗੇ। ਸੋਹਣੇ ਸੋਹਣੇ ਸੂਟ ਸਵਾਲਾ ਨਾਲੇ। ਸੂਟ ਤਾਂ ਵਾਸੀ ਜੀ ਤੁਹਾਨੂੰ ਪਤਾ ਮੇਰੇ ਕੋਲ ਵਾਧੂ ਹੁੰਦੇ। ਆਹੋ ਹਜੇ ਤਾਂ ਭਾਈ ਘੰਟਾ ਡੇਢ ਘੰਟਾ ਮੈਂ ਉਰੀ ਆ। ਅੱਛਾ ਹਾਂ, ਤੇ ਗੁਰਮੀਤ ਨੂੰ ਕਹੀ ਵੀ ਜੇ ਆ ਹੋ ਸਕੇ ਤਾਂ ਮੈਨੂੰ ਮਿਲ ਜੇ। ਠੀਕ ਹੈ ਮਾਸੀ ਜੀ, ਮੈਂ ਚਾਹ ਬਣਾਉਣੀ ਆ। ਨਾ ਨਾ ਚਾਹ ਨੀ ਪੁੱਤ। ਕੋਈ ਨਾ ਮਾਸੀ ਜੀ, ਉਹ ਕਿਹੜਾ ਦੂਰ ਗਏ ਨੇ, ਤੁਸੀਂ ਇਹਨੇ ਚਾਹ ਪਾਣੀ ਪੀਓ, ਆ ਜਾਣਗੇ ਇਹਨੇ, ਤੁਸੀਂ ਮਿਲ ਕੇ ਜਾਇਓ ਉਹਨਾਂ ਨੂੰ। ਚੱਲ ਚੰਗਾ ਪੁੱਤ, ਨਾਲੇ ਇੱਕ ਗੱਲ ਹੋਰ ਸੱਚ, ਨਾਲੇ ਤੂੰ ਨਾ ਦੋ ਚਾਰ ਦਿਨ ਪਹਿਲਾਂ ਹੀ ਆ ਜਾਈ, ਦੇਖ ਤੂੰ ਵੱਡੀ ਹੈ ਹਨਾ, ਸਾਰਾ ਕੁਛ ਤੂੰ ਹੀ ਸਾਹਮਣਾ। ਲੈ ਮਾਸੀ, ਇਹ ਵੀ ਕੋਈ ਕਹਿਣ ਦੀ ਗੱਲ ਹੈ, ਮੇਰੇ ਦਿਓਰ ਦਾ ਵਿਆਹ ਹੈ, ਤੁਹਾਨੂੰ ਪਤਾ ਮੈਂ ਤਾਂ ਨੱਚ ਨੱਚ ਕੇ ਧਮਾਲਾਂ ਪਾ ਦੇਣੀਆਂ ਨੇ, ਨਾਲੇ ਪਤਾ ਹੈ ਨਾ ਮੈਨੂੰ ਕਿੰਨਾ ਚਾਅ ਰਹਿੰਦਾ ਨੱਚਣ ਦਾ, ਨਾਲੇ ਤਾਂ ਫਿਰ ਕਰਦਾ ਵਿਆਹ ਹੈ। ਦੋਨੋਂ ਨੇ ਕਿਹਾ? ਕਿਹਾ ਉਹਨੂੰ ਵੀ ਪੁੱਤ, ਨਾਲੇ ਉਹਨੂੰ ਇੰਨੇ ਰੀਤੀ ਰਿਵਾਜ਼ਾਂ ਦਾ ਕੀ ਪਤਾ, ਹਜੇ ਥੋੜ੍ਹਾ ਟਾਈਮ ਤਾਂ ਹੋਇਆ ਉਹਨੂੰ ਵਿਆਹ ਕੇ ਆਈ ਨੂੰ, ਨਾਲੇ ਤੂੰ ਤਾਂ ਸੁੱਖ ਨਾਲ ਕਬੀਲਦਾਰ ਨਹੀਂ ਹੈ, ਵੱਡੀ ਹੈ,
ਨਾਲੇ ਗੱਲ ਸੁਣ, ਤੇਰੇ ਲਈ ਮੈਂ ਸਪੈਸ਼ਲ ਘੱਗਰਾ ਮੰਗਵਾਇਆ। ਅੱਛਾ, ਜਾਗੋ ਤਾਂ ਮੈਂ ਤੇਤੋਂ ਹੀ ਚੱਕਵਾਉਂਗੀ ਨਾਲੇ। ਹਾਂ ਮੈਂ ਹੀ ਚੱਕੂੰਗੀ, ਹੋਰ ਮੈਂ ਕਿਸੇ ਨੂੰ ਚੱਕਣ ਵੀ ਨਹੀਂ ਦੇਣਾ। ਹਾਂ ਚੱਲ ਆ ਜੀ ਪੁੱਤ। ਹੈ ਚੰਗਾ, ਦੇਖ ਮੈਂ ਤਾਂ ਇੱਧਰ ਉੱਧਰ ਕੰਮਾਂ 'ਚ ਹੁੰਦੀ ਹਾਂ, ਕੁੜੀ ਵੀ ਵਿਚਾਰੀ ਹਨਾ ਸਾਰਾ ਦਿਨ ਕੱਲੀ ਜਾਣੀ ਕੀ ਕਰੇ, ਨਾਲੇ ਥੋੜਾ ਜਿਹਾ ਮੈਨੂੰ ਵੀ ਹੌਸਲਾ ਹੋ ਜਾਊਗਾ। ਹਨਾ ਮਾਸੀ ਟੈਨਸ਼ਨ ਨਾ ਲੈ, ਮੈਂ ਆ ਜਾਊਂਗੀ। ਚੱਲ ਠੀਕ ਹੈ ਪੁੱਤ, ਆ ਜੀ ਟਾਈਮ ਸੀ ਹਨਾ। ਚੱਲ ਠੀਕ ਹੈ, ਜਿਉਂਦੀ ਰਹਿ, ਰੱਬ ਬੁੱਢ ਸੁਹਾਗਣ ਹੋ। ਆ ਜਾਂਦੇ ਇਹਨਾਂ ਨੂੰ, ਮੈਂ ਤਾਂ ਕਹਿਣਾ ਵੀ ਦੇਖ ਦਰਾਣੀ ਤੋਂ ਘੱਟ ਨਾ ਹੋਵੇ ਮੇਰਾ ਕੋਈ ਵੀ ਸੂਟ, ਨਾਲੇ ਕਿੱਥੇ ਪਾਲੇ ਜੀ ਮੇਰੇ ਵਰਗੇ ਕੱਪੜੇ। ਵੇਖ ਲਾ ਡੱਬੇ ਚ ਕੀ ਕੁਛ ਲਿਆਈ ਆ, ਕਾਰਡ ਤਾਂ ਫੇਰ ਪੜ ਲਾਂਗੀ। ਸ਼ੁਕਰ ਆ ਬਚ ਗਈ ਹੈ, ਬਰਫੀ ਹੋਈ ਹੈ ਵਿੱਚ। ਮੈਂ ਤਾਂ ਟੌਂਟ ਮਾਰ ਮਾਰ ਕੇ ਰਜਾ ਦੇਣੀ ਸੀ, ਫੇਰ ਕਹਿੰਦੇ ਨੇ ਤਾਂ ਚਲੋ ਜਾ ਕੇ ਬੋਲਦੀ ਆ ਫਰਿੱਜ ਚ ਰੱਖਾ। ਮੈਂ ਤਾਂ ਇੰਨਾ ਸਮਾਨ ਵੀ ਮੰਗਾ ਕੇ ਰੱਖਿਆ ਹੈ। ਕੋਈ ਗੱਲ ਨਹੀਂ ਬਲਜੀਤ। ਹਾਂਜੀ ਆ ਗਏ, ਆ ਪਾਣੀ ਦਾ ਗਲਾਸ ਲਿਆ ਲਿਆਉਣੀ। ਹਲੋ ਬਹਿ ਜਾ, ਜਾ ਇੱਥੇ ਬਹਿ ਜਾਂਦੀ ਆ। ਆਈ ਸੀ ਮਾਸੀ? ਆਈ ਸੀ, ਪੁੱਛ ਲੈ ਚਾਹ ਪਾਣੀ ਨੂੰ। ਚਾਹ ਪਾਣੀ ਜੇ ਸਾਡੇ ਘਰੋਂ ਪੀਂਦੀ ਤਾਂ ਹੀ ਸੀ ਨਾ, ਮੈਂ ਤਾਂ ਚਾਹ ਹਜੇ ਬਣਾਉਣ ਲੱਗੀ ਆ ਤਾਂ ਕਹਿੰਦੀ ਜੱਸੇ ਦੀ ਵਹੁਟੀ ਨੇ ਚਾਹ ਧਰੀ ਹੈ, ਮੈਂ ਉਧਰ ਹੀ ਪੀ ਲਊਂਗੀ, ਸਾਨੂੰ ਨੀਚਾ ਦਿਖਾਉਂਦੀ ਮਾਰੀ ਇਹੋ ਜਿਹੀਆਂ ਕਰਤੂਤਾਂ ਕਰਦੀ ਹੈ। ਚੱਲ ਕੋਈ ਗੱਲ ਨਹੀਂ, ਜੇ ਨਹੀਂ ਪੀਤੀ ਨਾ ਸੀ ਧੱਕਾ ਧੱਪਾ ਕਰ ਨਹੀਂ ਸਕਦੇ, ਪਰ ਉਹਦੀ ਪਹਿਲੇ ਦਿਨ ਦੀ ਆਦਤ ਹੈ, ਉਹ ਐਂ ਕਰਦੀ ਹੁੰਦੀ ਹੈ। ਕੋਈ ਗੱਲ ਨਹੀਂ, ਤੂੰ ਨਾ ਟੈਨਸ਼ਨ ਲਿਆ ਕਰ। ਜਿੱਦਣ ਵੰਡ ਵਡਈਆ ਹੋਇਆ ਸੀ ਉਦਣ ਵੀ ਤੇਨੇ ਆਹੀ ਕੁਛ ਕੀਤਾ ਸੀ, ਨਾਲੇ ਆਪਣੇ ਨਾਲ ਕਿਹੜਾ ਕੋਈ ਰਿਸ਼ਤੇਦਾਰ ਖੜਿਆ ਹੈ, ਇਹ ਤਾਂ ਆਪਣੇ 'ਚ ਹਿੰਮਤ ਸੀ, ਆਪਾਂ ਅੜੇ ਰਹਿ ਤਾਂ ਆਪਣਾ ਲੈ ਲਈ ਜ਼ਮੀਨ ਤੇ ਘਰ। ਓਏ ਉਹ ਤਾਂ ਆਪਾਂ ਲੈਣੀ ਸੀ, ਆਪਣਾ ਹੱਕ ਬਣਦਾ, ਸਮਝ ਗਈ? ਐਂ ਕਿਵੇਂ ਨਹੀਂ ਦੇਣੀ ਤੀ, ਕਮਾਲ ਕਰਦੀਆਂ ਯਾਰ ਤੂੰ। ਬਥੇਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਇਹਨਾਂ ਵਰਗੇ ਹੱਕ ਲੈਣ 'ਤੇ ਵੀ ਫਿਰ ਪੁੱਠਾ ਸਿੱਧਾ ਬੋਲਦੇ ਨੇ ਤੇ ਅੜਦੇ ਨੇ। ਉਹ ਚੱਲ ਜੇ ਆਪਣੇ ਨਹੀਂ ਖੜੇ, ਨਾਲ ਬਗਾਨੇ ਤਾਂ ਖੜੀ ਤੇ ਆ ਕੇ, ਸਮਝ ਗਈ? ਆਹੀ ਤਾਂ ਕਹਿੰਦੇ ਵੀ ਸੱਤ ਪਰਾਇਆ ਵੀ ਚੰਗਾ ਹੁੰਦਾ ਜਿਹੜਾ ਆਪਣੇ ਨਾਲ ਖੜਦਾ ਜਾਂਦਾ। ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ ਕਰ, ਜਾਂ ਚਾਹ ਦੀ ਕੁੱਟ ਬਣਾ ਕੇ ਲਿਆ। ਦਿਮਾਗ ਪਾਗਲ ਕਰ ਦਿੰਦੀ ਨੇ ਜਨਾਨੀਆਂ, ਐਂ ਨਹੀਂ ਜੀ ਫਲਾਣਾ ਧਿਮਕਾ, ਬੰਦਾ ਤਾਂ ਸਮਝ ਬੀ ਪੀ ਹੋਈ ਹੋਏ, ਤੀਵੀਂ ਦੀ ਤਾਂ ਸੋਹਣੀ ਨਾ ਬੰਦਾ। ਲੈ ਜੀਜਾ, ਉਹਨਾਂ ਕਣੀ ਵੀ ਗੁਰਮੀਤ ਕਣੀ ਵੀ ਮੈਂ ਕਾਰਡ ਦੇ ਆਂਦਾ। ਚਲੋ ਵਧੀਆ ਨਹੀਂ ਪੜਦਾ, ਗੁਰਮੀਤ ਤਾਂ ਹੈ ਨਹੀਂ ਸੀਗਾ ਘਰੇ। ਅੱਛਾ, ਬਹੂ ਸੀ ਉਹਦੀ, ਕੱਪੜੇ ਧੋਈ ਜਾਂਦੀ ਸੀ। ਮੈਂ ਕਿਹਾ ਲਿਆ ਲੈ ਭਾਈ ਵਿਆਹ ਦਾ ਗੱਡ, ਸਾਰੇ ਟੱਬਰ ਨੇ ਆਉਣਾ। ਨਾ ਠੀਕ ਆ, ਫਰਜ਼ ਬਣਦਾ ਵੀ ਤੁਹਾਡਾ ਤਾਂ। ਅੱਛਾ ਮੈਨੂੰ ਇੱਕ ਗੱਲ ਦੱਸ ਜੀਜਾ, ਤੇਰੀ ਸੇਵਾ ਸੁਭਾ ਕਰਦੇ ਨੇ ਕਿ ਨਹੀਂ? ਬਸ ਕੀ ਦੱਸਾਂ, ਸੇਵਾ ਸੁਭਾ ਤਾਂ ਇਹੀ ਹੋਈ ਜਾਂਦੀ। ਸ਼ੱਕ ਤਾਂ ਮੈਨੂੰ ਪਹਿਲਾਂ ਹੀ ਲੱਗਿਆ ਸੀਗਾ। ਚੱਲ ਕੋਈ ਨਾ ਜੀਜਾ, ਤੂੰ ਟੈਨਸ਼ਨ ਨਾ ਲੈ, ਮੈਂ ਕਰਦੀ ਹਾਂ ਬਹੂ ਨਾਲ ਗੱਲ, ਨਾਲੇ ਜੱਸੇ ਨਾਲ। ਕਹਿੰਦੇ ਕਹੀ ਹੋਈ ਗੱਲ ਤਾਂ ਦੂਰ ਪਾ ਜਾਂਦੀ ਆ, ਖੰਗ ਤੋਂ ਵੀ ਕਾਂਡ ਤਾਂ ਮੰਨਦੀ ਆ ਬਹੁਤਾ। ਤੂੰ ਗੱਲ ਨਾ ਕਰੀ, ਪਾ ਖਿਜੂਗੀ ਉਹ। ਕੁਛ ਨਹੀਂ ਹੁੰਦਾ, ਬਸ ਤੂੰ ਚੁੱਪ ਰਹਿ, ਮੈਨੂੰ ਗੱਲ ਕਰਨ ਦੇ ਬਹੂ ਨਾਲ। ਉਹ ਕੀ ਗੱਲ ਕਰਨੀ ਮਾਸੀ ਸੁਰਿੰਦਰ ਨਾਲ? ਮੈਂ ਤਾਂ ਪੁੱਤ ਐਂ ਕਹਿੰਦੀ ਸੀ ਵੀ ਆਪਣੇ ਬਾਪੂ ਦਾ ਨਾ ਧਿਆਨ ਰੱਖਿਆ ਕਰੋ। ਉਹ ਮਾਸੀ ਆ ਬੈਠਾ ਬਾਪੂ ਤੇਰੇ ਕੋਲ, ਪੁੱਛ ਲੈ ਇਹਨੂੰ ਵੀ ਕਿੰਨਾ ਧਿਆਨ ਰੱਖਦੇ ਆ।
ਉਹ ਤਾਂ ਮੈਨੂੰ ਦਿਖ ਹੀ ਰਿਹਾ ਪੁੱਤ ਵੀ ਤੁਸੀਂ ਕਿੰਨਾ ਕੁ ਧਿਆਨ ਰੱਖਦੇ ਹੋ। ਚੱਲ ਕੋਈ ਨਾ, ਥੋੜ੍ਹਾ ਜਿਹਾ ਹੋਰ ਰੱਖਿਆ ਕਰੋ, ਬੁੜਾ ਸਰੀਰ ਹੈ, ਠੀਕ ਨਾ, ਮਾੜਾ ਮੋਟਾ ਇਹਨੂੰ ਤੋਰੋ ਫੇਰਿਆ ਕਰੋ, ਕਿਤੇ ਲੈ ਜਾਇਆ ਕਰੋ ਰਿਸ਼ਤੇਦਾਰੀ 'ਚ। ਤੂੰ ਫਿਕਰ ਨਾ ਕਰ ਮਾਸੀ, ਜਿੱਥੇ ਬਾਪੂ ਦਾ ਦਿਲ ਕਰਦਾ ਉੱਥੇ ਆਉਂਦਾ ਜਾਂਦਾ ਹੈ, ਨਾਲੇ ਅਸੀਂ ਕਿਹੜਾ ਕਦੇ ਰੋਕਿਆ, ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਜਾਵੇ। ਬਸ ਪੁੱਤ ਮੇਰੇ ਦਿਲ 'ਚ ਗੱਲ ਸੀਗੀ, ਮੈਂ ਕਹਿਤੀ, ਮੈਂ ਆਪਣਾ ਮਨ ਹੌਲਾ ਕਰ ਲਿਆ। ਚੱਲ ਚੰਗਾ ਜੀਜਾ, ਹੁਣ ਮੈਂ ਚੱਲਦੀ ਹਾਂ। ਜੱਸੇ ਤੂੰ ਐਂ ਕਰ ਪੁੱਤ, ਮੈਨੂੰ ਨਾ ਹੁਣ ਬੱਸ ਚੜਾਇਆ। ਹਾਂ ਮਾਸੀ ਚੜਾਇਆ ਉਹਨਾਂ। ਜਸਵਿੰਦਰੇ ਆ ਮਾਸੀ ਚੱਲੀ ਹੈ, ਲੈ ਮਾਸੀ ਬੈਗ ਮੈਨੂੰ ਦੇ। ਆ ਲੈ ਫੜ। ਨਾਲੇ ਜੀਜਾ ਆਪਣਾ ਧਿਆਨ ਰੱਖੀ ਹੁਣ ਤੂੰ, ਭਾਈ ਵਿਆਹ 'ਚ ਜ਼ਰੂਰ ਲੈ ਕੇ ਆਉਣਾ। ਜ਼ਰੂਰ ਲਿਆਉਂਗਾ ਮਾਸੀ। ਨਾਲੇ ਮੇਰੇ ਜੀਜੇ ਨੂੰ ਨਵੇਂ ਨਵੇਂ ਸੂਟ ਸਮਾ ਦਿਓ। ਹਾਂ ਹਾਂ ਜ਼ਰੂਰ। ਚੱਲ ਚੰਗਾ ਜੀਜਾ, ਧਿਆਨ ਰੱਖੀ। ਚੰਗਾ ਮਾਸੀ। ਹਾਂ ਚੰਗਾ ਪੁੱਤ, ਹੋਰ ਹੈ ਆਉਣਾ ਹੈ ਸਾਰਿਆਂ ਨੇ ਵਿਆਹ 'ਚ, ਹੈ ਚੱਲ ਚੰਗਾ। ਚੱਲ ਪੁੱਤ। ਭਾਈ ਬਹੂ ਐਂ ਕਰ, ਦੋ ਰੋਟੀਆਂ ਲਾ ਮੇਰੇ ਵਾਸਤੇ, ਮੈਂ ਦਵਾਈ ਲੈਣੀ ਹੈ। ਤੜਕੇ ਦਵਾਈ ਵੀ ਨਹੀਂ ਲਈ, ਨਾਲੇ ਤਾਂ ਤੁਸੀਂ ਜਿੰਦਾ ਲਾ ਜੀ, ਤੁਸੀਂ ਰੋਟੀ ਵੀ ਨਹੀਂ ਬਣੀ ਪੀਤੀ। ਲਾ ਮੇਰਾ ਪੁੱਤ ਦੋ ਰੋਟੀਆਂ। ਹੈਂ ਬਾਪੂ ਜੀ, ਆ ਹੁਣ ਤਾਂ ਚਾਹ ਪੀਤੀ ਤੁਸੀਂ, ਇੰਨੀ ਛੇਤੀ ਤੁਹਾਨੂੰ ਭੁੱਖੜਾ ਵੀ ਚੜ ਗਿਆ? ਨਾਲੇ ਹੁਣੇ ਕੰਮ ਮੁੱਕਣਗੇ ਨਾ ਤਾਂ ਤੁਹਾਨੂੰ ਰੋਟੀ ਵੀ ਲਾ ਦੂੰਗੀ। ਹਜੇ ਮੇਰੇ ਭਾਂਡੇ ਮਾਂਜਣ ਵਾਲੇ ਪਏ ਨੇ, ਸਬਜ਼ੀ ਬਣਾਉਣ ਵਾਲੀ ਪਈ ਆ, ਕੱਪੜੇ ਧੋਣ ਵਾਲੇ ਪਏ ਨੇ। ਜਦੋਂ ਮੇਰੇ ਸਾਰੇ ਕੰਮ ਹੋ ਗਏ ਨਾ ਫਿਰ ਮੈਂ ਤੁਹਾਨੂੰ ਰੋਟੀ ਵੀ ਲਾ ਦੂੰ। ਭਾਈ ਦਵਾਈ ਕਰਕੇ ਕਹਿ ਰਹੇ ਸੀ ਮੈਂ। ਫਿਰ ਠੀਕ ਆ ਨਾ, ਸਾਰੇ ਕੰਮ ਨਿਬੇੜ ਲਾ, ਮੈਂ ਤੁਹਾਨੂੰ ਦੇ ਦਿੰਦੀ ਹਾਂ ਰੋਟੀ ਲਾ ਕੇ। ਉਹ ਡਾਕਟਰ ਨੇ ਕਿਹਾ ਨਾ ਵੀ ਖਾਲੀ ਪੇਟ ਦਵਾਈ ਨਹੀਂ ਲੈਣੀ, ਤਾਂ ਕਰਕੇ ਕਹਿ ਦੀ ਵੀ ਰੋਟੀ ਲਾ ਦੇ ਭਾਈ। ਕੋਈ ਨਾ ਬਾਪੂ ਜੀ, ਲਾ ਦਿੰਨੀ ਆ ਰੋਟੀ, ਮੈਂ ਵੀ ਇਨਸਾਨ ਆ, ਮਸ਼ੀਨ ਤੇ ਨਹੀਂ ਕਿ ਜਿੰਨਾ ਜਿਹੜਾ ਕੰਮ ਤੁਸੀਂ ਕਹੀਗੇ ਉਹ ਨਾਲ ਦੀ ਨਾਲ ਕਰੀ ਚੱਲੂੰਗੀ। ਸਬਰ ਵੀ ਰੱਖਿਆ ਕਰੋ ਬਾਪੂ ਜੀ, ਜਦੋਂ ਕੰਮ ਹੋ ਗਏ ਨਾ ਲਾ ਦੂੰਗੀ। ਤੁਹਾਡੀ ਮਰਜ਼ੀ ਆ ਭਾਈ, ਜੇ ਅੱਜ ਸ਼ਾਮ ਕੋਲ ਹੁੰਦੀ ਨਾ ਤਾਂ ਤਰਲੇ ਕੱਢਣ ਦੀ ਲੋੜ ਨਹੀਂ ਪੈਣੀ, ਆਪਣੇ ਆਪ ਬਣਾ ਕੇ ਦੇ ਦਿੰਦੀ। ਚਲੋ ਹੁਣ ਤਾਂ ਭੋਗਣੀ ਪੈਣੀ ਆ ਜਿਹੜੀ ਲਿਖਤੀ। ਬਾਈ ਗੁਰਮੀਤ। ਓ ਵੱਡੇ ਬਾਈ। ਹਾਂ ਜੱਸੇ। ਸਤਿ ਸ੍ਰੀ ਅਕਾਲ ਭਾਬੀ। ਸਤਿ ਸ੍ਰੀ ਅਕਾਲ। ਬਾਈ ਕਿੱਥੇ? ਉਹ ਤਾਂ ਖੇਤ ਗਿਆ। ਕਦੋਂ ਮੁੜੂਗਾ? ਮੁੜੇਗਾ ਤਾਂ ਹੁਣ ਸ਼ਾਮ ਤਾਈਂ। ਆਹ ਦੱਸ ਕਿਵੇਂ ਆਇਆ ਸੀ? ਉਹ ਦੱਸਣ ਭਾਬੀ ਸਾਡੇ ਕੋਲ ਜਾਂਦਾ ਕਦੋਂ। ਤੂੰ ਹੁਣ ਕੰਮ ਕੀ ਆਇਆ? ਮੈਂ ਤਾਂ ਭਾਬੀ ਕੰਮ ਆਇਆ ਸੀ ਵੀ ਦੇਖੋ ਤੁਸੀਂ ਜ਼ਮੀਨ ਬਣਾ ਲਈ, ਘਰ ਬਣਾ ਲਿਆ, ਕੱਲੀ ਕੱਲੀ ਚੀਜ਼ ਬਣਾ ਲਈ, ਹੈਂ ਆਪਣਾ ਹਿੱਸਾ ਲੈ ਕੇ ਬਹਿ ਕੇ। ਉਹ ਕਦੇ ਬਾਪੂ ਦਾ ਵੀ ਹਾਲ ਚਾਲ ਪੁੱਛ ਲਿਆ ਕਰੋ, ਕਦੇ ਉਹਨੂੰ ਪੁੱਛ ਲਿਆ ਕਰੋ ਵੀ ਤੂੰ ਠੀਕ ਆ ਜਾਂ ਨਹੀਂ ਹੈਗਾ। ਮੇਰੀ ਗੱਲ ਸੁਣ ਜੱਸੇ, ਜਿਹੜਾ ਕੁਛ ਕਹਿਣਾ ਹੈ ਨਾ ਆਪਦੇ ਭਰਾ ਨੂੰ ਕਹੀ। ਤੇ ਰਹੀ ਗੱਲ ਜ਼ਮੀਨ ਦੀ, ਆ ਜ਼ਮੀਨ ਦਾ ਸਾਡਾ ਹੱਕ ਸੀ, ਅਸੀਂ ਵੰਡਾ ਲਈ। ਅੱਛਾ ਜ਼ਮੀਨ ਤੇ ਤੁਹਾਡਾ ਹੱਕ ਸੀ, ਘਰ ਤੇ ਤੁਹਾਡਾ ਹੱਕ ਸੀ, ਉਹ ਤੁਸੀਂ ਬਣਾ ਲਿਆ, ਨਾ ਬਾਪੂ ਤੇ ਤੁਹਾਡਾ ਕੋਈ ਹੱਕ ਨੇ? ਉਹਦਾ ਵੀ ਕੋਈ ਦੁੱਖ ਦਰਦ ਬਣਾ ਲਓ ਕਦੇ ਨਾ। ਬਾਪੂ ਨੂੰ ਹੁਣ ਅਸੀਂ ਸਿਰ ਤੇ ਚੁੱਕ ਲਈਏ, ਤੇਰਾ ਕਿਹੜਾ ਬਾਪੂ ਨਹੀਂ? ਜੇ ਤੂੰ ਸਾਂਭ ਲੇਗਾ ਤਾਂ ਕੀ ਆਖਰ ਆਉਂਦੀ ਹੈ? ਉਹ ਮੈਂ ਤਾਂ ਸਾਂਭੇ ਰਿਹਾ ਭਾਬੀ, ਮੈਂ ਕਿਹੜਾ ਤੁਹਾਡੇ ਮੂੰਹ ਸਿੱਟਾ, ਜਾ ਕਦੇ ਤਾਂ ਪਤਾ ਨਹੀਂ ਲਿਆ, ਆ ਵੱਡੇ ਬਾਈ ਨੇ ਤਾਂ ਕੱਲੇ ਜਾ ਕੇ ਪੈਰ ਨਹੀਂ ਧਰਿਆ। ਚੱਲ ਮੈਨੂੰ ਨਾ ਬੁਲਾਵੇ, ਮੇਰੇ ਘਰ ਨੂੰ ਨਾ ਬੁਲਾਵੇ, ਉਹ ਆਖਰ ਨੂੰ ਉਹਨੇ ਜੰਮਿਆ ਪਾਲਿਆ ਪਲੋਸਿਆ, ਆਪਦੇ ਬਾਪ ਦਾ ਤਾਂ ਹਾਲ ਚਾਲ ਪੁੱਛ ਲੈ, ਤੇ ਰਹੀ ਗੱਲ ਤੇਰੀ, ਤੂੰ ਵੀ ਨੀ ਕਦੇ ਜਾ ਕੇ ਮੱਥੇ ਲੱਗੀ। ਮੈਂ ਕੀ ਆ ਕੇ ਹਾਲ ਚਾਲ ਪੁੱਛਾਂ? ਆ ਜਦੋਂ ਅੱਡ ਹੋਏ ਸੀ ਆ ਤੇਰੇ ਘਰ ਵਾਲੀ ਨੇ ਕੀ ਕੀ ਗੱਲਾਂ ਨਹੀਂ ਸੁਣਾਈਆਂ, ਮੱਥੇ ਲੱਗਣ ਜੋ ਕਦੇ ਛੱਡਿਆ ਹੀ ਨਹੀਂ ਕਿਸੇ ਨੇ। ਅੱਛਾ ਮੇਰੇ ਘਰ ਵਾਲੀ ਸੁਣਾਈਆਂ ਉਹ ਤਾਂ ਯਾਦ ਰਹਿ ਗਈਆਂ, ਤੇ ਜਿਹੜੇ ਭਾਬੀ ਤੂੰ ਸੁਣਾਈਆਂ ਉਹ ਨਹੀਂ ਤੈਨੂੰ ਯਾਦ, ਤੂੰ ਘੱਟ ਗੁਜ਼ਾਰੀ ਸਾਡੇ ਨਾਲ, ਤੂੰ ਅੜ ਕੇ ਹਰ ਇੱਕ ਚੀਜ਼ ਲੈ ਕੇ ਆਈ ਆ। ਜੇ ਹੱਕ ਬਣਦਾ ਸੀ ਨਾ ਤਾਂ ਹੀ ਲਿਆਈ ਆ,
ਤੇ ਨਾਲੇ ਤਾਂ ਜੀ ਨੂੰ ਜੀ ਹੈ, ਜਿਹੋ ਜਿਹਾ ਕੁਛ ਸੁਣਾਊਗਾ ਕੋਈ ਉਹ ਜਿਹਾ ਸੁਣ ਲਊਗਾ। ਤੇਰਾ ਕੱਲੀ ਦਾ ਹੱਕ ਬਣਦਾ ਸੀ, ਸਾਡਾ ਕੋਈ ਹੱਕ ਨਹੀਂ ਸੀ, ਅਸੀਂ ਵੀ ਤਾਂ ਆਪਣਾ ਹੱਕ ਹੀ ਰੱਖਿਆ, ਤੇਰਾ ਤਾਂ ਨਹੀਂ ਖਾਧਾ। ਤੇ ਫਿਰ ਅਸੀਂ ਕਿਹੜਾ ਤੇਰਾ ਹੱਕ ਲੈ ਲਿਆ? ਉਹ ਤਾਂ ਹੀ ਤਾਂ ਕਹਿਣਾ, ਕਦੇ ਉਹਦੀ ਜੂਨ ਪੁੱਛਦਾ ਕਰੋ ਜਾ ਕੇ ਬਜ਼ੁਰਗ ਕਿਵੇਂ ਆ ਉਹ। ਜਦੋਂ ਸਾਨੂੰ ਸਾਂਭਣਾ ਪਿਆ ਸੀ ਸਾਂਭ ਲਾਂਗੇ, ਕੋਈ ਨਹੀਂ। ਤੂੰ ਕਿਹੜਾ ਸਾਂਭੇਗੀ, ਹੁਣ ਤੱਕ ਤੂੰ ਪਤਾ ਲੈਣ ਤਾਂ ਗਈ ਨੀ, ਹੁਣ ਕੀ ਸਾਂਭੇਗੀ? ਸਾਰੀ ਜ਼ਿੰਦਗੀ ਦਾ ਮੈਂ ਸਾਂਭਦਾ ਰਹਾਂਗਾ। ਮੇਰਾ ਤਾਂ ਨਾ ਤੇਰੀ ਜਨਾਨੀ ਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ। ਭੈਣੇ ਕਸਾੜਾ ਵੀ ਨਾ ਹੋ ਗਿਆ, ਮੂੰਹੋਂ ਨਹੀਂ ਬੋਲਦੀ ਸਿਰੋਂ ਨਹੀਂ ਬੋਲਦੀ। ਉਹ ਨਾ ਜਾਓ, ਤੁਹਾਨੂੰ ਜਾਣ ਨੂੰ ਕੌਣ ਕਹਿੰਦਾ? ਬਾਪੂ ਨੂੰ ਤੁਹਾਡੇ ਘਰੇ ਮੈਂ ਛੱਡ ਜਾਣਾ, ਤੁਸੀਂ ਨਾ ਜਾਓ। ਕੋਈ ਨੀ, ਆਵੇਗਾ ਤੇਰਾ ਬਾਈ ਤਾਂ ਕੋਈ ਨੀ, ਕਰ ਲਾਂਗੀ ਮਦਦ ਨਾ ਕਰ। ਹੁਣ ਬਾਈ ਆਊਗਾ, ਹੁਣ ਕੀ ਹੋ ਗਿਆ? ਆ ਸਾਨੂੰ ਵੀ ਕੰਮ ਨੇ ਬਥੇਰੇ। ਓਏ ਕੰਮ ਤਾਂ ਸਭ ਨੂੰ ਨੇ, ਤੁਸੀਂ ਕਿਹੜਾ ਕਦੇ ਬੁੜੇ ਨਹੀਂ ਹੋਣਾ? ਜਾਂ ਤੁਹਾਡੀ ਔਲਾਦ ਤੁਹਾਨੂੰ ਨਹੀਂ ਸਾਂਭੂਗੀ ਨਾ, ਫੇਰ ਪੁੱਛੂ ਤੁਹਾਨੂੰ ਮੈਂ? ਤੈਨੂੰ ਨੀ ਸਾਂਭਣਾ ਪੈਂਦਾ, ਠੀਕ ਹੈ? ਵੀ ਅਸੀਂ ਤੇਰੇ ਬਾਰ ਤੇ ਨਹੀਂ ਆਉਂਦੇ, ਬਸ ਸਾਨੂੰ ਜਿਹੜਾ ਮਰਜ਼ੀ ਸਾਂਭ ਲੇਗਾ। ਤੈਨੂੰ ਬਾਹਰ ਤੇ ਬੜਨ ਵੀ ਕਿਹੜਾ ਦਿੰਦਾ ਭਰਜਾਈ? ਵੀ ਅਸੀਂ ਕੀ ਤੇਰੇ ਬਾਰ ਤੇ ਟਿੰਡੀਆਂ ਲੈਣ ਜਾਣਾ? ਟਿੰਡੀਆਂ ਲੈਣ ਜਾਣਾ ਨਾਲੇ ਹੋਰ ਜਾਣਾ ਲੱਗਾ ਕੇ ਗੱਲਾਂ ਜੀਆਂ ਕਰਨਾ? ਤੈਨੂੰ ਮੈਂ ਕਿਹੜਾ ਕਹਦਾ ਵੀ ਤੇਰੇ ਭਰਾ ਨਾਲ ਗੱਲ ਕਰ ਲਈ? ਜਦੋਂ ਬਾਈ ਆ ਗਿਆ ਨਾ, ਭੇਜ ਦੇ ਮੇਰੇ ਕੋਲ, ਕਰਦਾ ਗੱਲ ਉਹਦੇ ਨਾਲ। ਕੋਈ ਨੀ, ਖੇਤ ਇਕੱਠੇ ਹੀ ਹੁੰਨੇ ਹੋ, ਕਰ ਲਿਆ ਕਰ ਉਹਦੇ ਨਾਲ ਗੱਲ। ਆ 20 ਵਾਰੀ ਖੇਤ ਇਕੱਠੇ ਹੁੰਨੇ ਹੋ ਤੁਸੀਂ ਡੇਲੀ ਵਾਂਗੂ, ਹੈ ਉਹ ਤਾਂ ਕਿਤੇ ਬੋਲਿਆ ਨਹੀਂ ਜਾਂਦਾ। ਇੱਥੇ ਆਇਆ ਹੈਗਾ ਮੇਰੇ ਨਾਲ ਮੱਥਾ ਲਾਣ, ਆਇਆ ਵੱਡਾ ਨਗੋਰੀ, ਬਾਪੂ ਸਾਂਭ ਲਓ, ਬਾਪੂ ਸਾਂਭ ਲਓ, ਸਾਡਾ ਹੱਕ ਸੀ ਜ਼ਮੀਨ ਤੇ ਅਸੀਂ ਲੈ ਲਿਆ, ਤੇਰਾ ਹਿੱਸਾ ਤਾਂ ਨਹੀਂ ਖਾਂਦੇ। ਮਾਰਦਾ ਜਵਾ ਬਲਜੀਤ, ਆ ਲੈ ਫੜ ਤਾਏ ਕੇ ਖੰਡ ਪਾੜਦੀ, ਉਹ ਗੋਡੇ ਦੇ ਆਪਣੇ ਦਹੀਂ ਦਾ ਭਰਤਾ ਉਹਨਾਂ ਨੇ, ਡੋਲੂ ਵੀ ਲੈ ਜਾਂਦੇ ਕਬਾਂ ਚ ਪਾ ਕੇ। ਚੱਲ ਜੇ ਦੇਤਾ ਫਿਰ ਕੀ ਹੋ ਗਿਆ, ਕਮਾਲ ਕਰਦੀ ਉਹ, ਇੱਟਾਂ ਨਾ ਜੇ ਮਾਰ ਲਾ ਜਾਣੀ ਯਾਰ ਤੂੰ, ਗੁੱਸੇ ਕਾਹਤੋਂ ਹੋਈ ਹੈ, ਕੀ ਗੱਲ ਹੋ ਗਈ? ਗੁੱਸੇ ਨਾ ਹੋਵਾ ਤੇ ਹੋਰ ਕੀ ਕਰਾਂ, ਉਹ ਤੁਹਾਡਾ ਛੋਟੜਾ ਆਇਆ ਸੀ ਭਰਾ ਤੁਹਾਡਾ, ਇੰਨਾ ਕੁਛ ਬੋਲ ਕੇ ਗਿਆ ਹੁਣ ਮੈਨੂੰ। ਉਹ ਕੀ ਕਹੇਗਾ ਤੈਨੂੰ ਇਹ ਜਿਹਾ ਯਾਰ, ਹੈ ਮੇਰੇ ਨਾਲ ਖੇਤ ਹੈਗਾ ਤੀ, ਮੈਨੂੰ ਤਾਂ ਕੁਛ ਬੋਲਦਾ ਨਹੀਂ ਹੈਗਾ, ਕਿਤੇ ਕੋਈ ਤੈਤਾਂ ਨਹੀਂ ਸ਼ਿੰਗਰੀ ਛੇੜਤੀ ਨਾ। ਮੈਂ ਉਹਨੂੰ ਕੀ ਕਹਿਣਾ ਸੀ, ਉਹ ਪਤਾ ਕੀ ਕੁਛ ਬੋਲਦਾ ਸੀ, ਕਹਿੰਦਾ ਲੈ ਹਿੱਸਾ ਤਾਂ ਲੈਣ ਵੇਰੀ ਤੁਸੀਂ ਲੈ ਲਿਆ ਮੂਹਰੇ ਹੋ ਕੇ ਆਕੜ ਆਕੜ ਕੇ, ਤੇ ਬਾਪੂ ਨੂੰ ਕੌਣ ਸਾਂਭੂਗਾ, ਬਾਪੂ ਨੂੰ ਤੁਸੀਂ ਸਾਂਭੋ ਹੁਣ, ਕਿਉਂ ਅਸੀਂ ਠੇਕਾ ਲਿਆ ਉਹਦਾ ਬਿਮਾਰੀ ਦਾ ਨਾ, ਹਿੱਸਾ ਤਾਂ ਬਾਪੂ ਦਾ ਉਹਨਾਂ ਨੇ ਆਪ ਸਾਂਭਿਆ ਤੇ ਅਸੀਂ ਉਹਨੂੰ ਕਿਉਂ ਸਾਂਭੀਏ? ਆਹੋ ਜੇ ਬਾਪੂ ਨੂੰ ਸਾਡੇ ਕੰਨੀ ਭੇਜਣਾ ਫਿਰ ਉਹਦਾ ਹਿੱਸਾ ਵੀ ਦੇਵੇ ਸਾਨੂੰ, ਹੈ ਸਾਂਭ ਲੈਣਾ ਸੀ ਬਾਪੂ ਨੂੰ। ਉਹ ਮੇਰੀ ਗੱਲ ਸੁਣੋ, ਸਾਨੂੰ ਨਹੀਂ ਲੋੜ ਹਿੱਸਿਆਂ ਉਸਿਆਂ ਦੀ, ਹਿੱਸਾ ਵੀ ਰੱਖਣ ਤੇ ਬਾਪੂ ਵੀ ਰੱਖਣ, ਆ ਮੇਥੋਂ ਨਹੀਂ ਸਾਂਭਿਆ ਜਾਂਦਾ, ਉਹ ਸਾਰਾ ਦਿਨ ਤੇ ਖਾਉਂ ਖਾਉਂ ਬੁਰਾ ਹਾਲ ਕਰਦਾ ਰਹਿੰਦਾ। ਨਾਲੇ ਤਾਂ ਯਾਰ ਤੂੰ ਮੈਨੂੰ ਰੋਜ਼ ਸੁਣਾਈ ਜਾਂਦੀ ਵੀ ਬਾਪੂ ਦਾ ਹਿੱਸਾ ਬਾਪੂ ਦਾ ਹਿੱਸਾ, ਜੇ ਮੈਂ ਬਾਪੂ ਬਾਰੇ ਕਹਿਣਾ ਫਿਰ ਤੂੰ ਬੋਲਦੀ ਨਹੀਂ, ਹੈ ਨਹੀਂ ਜੀ ਫਿਰ ਲੱਗੇ ਨਹੀਂ ਕਰਨਾ। ਤੇ ਫਿਰ ਮੈਂ ਕਦੋਂ ਕਹਿੰਦੀ ਆ ਲਿਆਓ ਨਾਲੇ ਹਿੱਸਾ, ਲਿਆਓ ਨਾਲੇ ਬਾਪੂ ਨੂੰ ਲਿਆਓ। ਫਿਰ ਬਾਪੂ ਦੇ ਹਿੱਸੇ ਬਾਰੇ ਨਾ ਨਾ ਕਹਿ, ਜੇ ਕਹਿਣੀ ਫਿਰ ਮੈਂ ਉਹਨੂੰ ਲਿਆਉਣਾ, ਫਿਰ ਸਾਂਭ ਲਈ ਨਾ ਨਾ ਲੋੜ ਨਹੀਂ, ਰਹਿਣ ਦੋ ਉਧਰ ਹੀ, ਰੱਖੀ ਰੱਖਣ ਹਿੱਸਾ ਵੀ ਰੱਖਣ ਤੇ ਉਹਨੂੰ ਵੀ ਰੱਖਣ, ਸਾਨੂੰ ਨਹੀਂ ਲੋੜ ਕਿਸੇ ਦੀ, ਇੱਥੇ ਆਪਦਾ ਹੀ ਮਨ ਪੱਕ ਜਾਣਾ ਇੰਨੀ ਬਹੁਤ ਹੈ। ਨਾਲੇ ਮੇਰੀ ਗੱਲ ਸੁਣ ਲਓ, ਉਹਨੂੰ ਜੱਸੇ ਨੂੰ ਬੰਦਿਆਂ ਵਾਂਗੂ ਕਹਿ ਦਿਓ ਵੀ ਮੇਰੇ ਨਾਲ ਵੱਧ ਘੱਟ ਕਰਨ ਦੀ ਲੋੜ ਨਹੀਂ, ਤੇ ਜਿਹੜੀ ਗੱਲ ਕਰਨੀ ਹੈ ਨਾ ਤੁਹਾਡੇ ਨਾਲ ਕਰੇ, ਚਾਹੇ ਖੇਤ ਚਾਹੇ ਕੁਛ, ਮੇਰੇ ਘਰੇ ਨਾ ਬੜੇ ਬਸ। ਘਰੋਂ ਤਾਂ ਜਨਾਨੀ ਉਂਗਲਾਂ ਲਾ ਕੇ ਭੇਜ ਦਿੰਦੀ ਹੈ, ਜੇ ਮੈਂ ਕੁਛ ਕਿਹਾ ਫਿਰ ਤੁਸੀਂ ਕਹੋਗੇ ਵੀ ਤੂੰ ਆ ਕੀ ਕੀਤਾ, ਤੂੰ ਬੋਲਦੀ। ਚੱਲ ਕੋਈ ਗੱਲ ਨਹੀਂ, ਮੈਂ ਸਮਝਾ ਦੂੰਗਾ ਭਾਈ, ਤੇਰੀ ਭਰਜਾਈ ਨਾਲ ਨਾ ਗੱਲ ਕਰਿਆ ਕਰ, ਜਿਹੜੀ ਗੱਲ ਕਰਨੀ ਮੇਰੇ ਨਾਲ ਕਰ ਲਿਆ ਕਰ। ਆਹੋ ਹਾਂ, ਆ ਜਿਹੜਾ ਦਹੀਂ ਲੈ ਉਹਦੀ ਬੜੀ ਲੱਸੀ ਬਣਾ ਦੇ, ਬਣਾ ਦੇਣੀ ਆ, ਬਣਾ ਦੇ, ਐ ਕਿਉਂ ਕਰਦੀ, ਬਣਾਉਣੀ ਆ ਯਾਰ, ਬਣਾ ਦੇ ਜੀ ਉਪਾ ਲਿਆ, ਕਦੀ ਕੁਛ ਕਦੀ ਕੁਛ, ਉਹਨਾਂ ਦੇ ਰੰਡੀ ਲਾਉਣੇ 'ਚ ਸਾਰਾ ਦਿਨ ਨਿਕਲ ਜਾਂਦਾ, ਆਪਦਾ ਵੀ ਨਹੀਂ ਕਿਤੇ ਸਿਰ ਪੈਰ ਚੱਜ ਨਾਲ ਵਾਹਿਆ ਜਾਂਦਾ। ਓ ਵੀਰੇ ਹੁਣ ਤੂੰ ਕਿੱਧਰ ਚੱਲਿਆ? ਉਹ ਨਿਰਮਲ ਬਾਈ ਦੇ ਘਰੇ ਕੰਮ ਆ ਮੈਨੂੰ, ਆ ਰਿਹਾ ਮੈਂ। ਇਹੋ ਜਿਹਾ ਕਿਹੋ ਜਿਹਾ ਕੰਮ ਆ, ਨਾਲੇ ਤੈਨੂੰ ਚੰਗਾ ਭਲਾ ਪਤਾ ਮੰਮੀ ਕੀ ਕਹਿ ਕੇ ਗਈ ਸੀ ਵੀ ਕਿਸੇ ਦੇ ਘਰੇ ਨਹੀਂ ਜਾਣਾ ਹੈਗਾ। ਓ ਕੁੜੀਏ ਤੂੰ ਮੰਮੀ ਨੂੰ ਜ਼ਰੂਰ ਦੱਸਣਾ,
ਨਾਲੇ ਮੈਂ ਹੁਣੇ ਮੁੜ ਆਣਾ। ਪਤਾ ਹੀ ਆ ਮੈਨੂੰ ਤੇਰਾ ਹੁਣੇ ਮੁੜਾਂ ਦਾ। ਅੱਛਾ ਚੁੱਪ ਕਰਕੇ ਬਹਿ ਜਾ, ਵੈਸੇ ਵੀ ਨਾ ਮੰਮੀ ਗੁੱਸੇ ਹੋਊਗੀ ਵੀ ਕਿਉਂ ਭੇਜਿਆ, ਮੇਰੀ ਉਲਟਾ ਗਾਲਾਂ ਪੈਣੀਆਂ ਨੇਗੀਆਂ। ਉਹ ਕਿਧਰੇ ਨਹੀਂ ਗੁੱਸੇ ਹੁੰਦੀ ਮੰਮੀ, ਹੁਣ ਆ ਜਾਂਦਾ ਮੈਂ। ਮੈਂ ਤਾਂ ਥੱਕ ਗਈ। ਆ ਗਈ ਮੰਮੀ, ਆ ਗਈ ਮੰਮੀ। ਹੋਰ ਮੰਮੀ ਠੀਕ ਆ? ਤੈਨੂੰ ਦੇਖ ਕੇ ਰੁਕ ਗਿਆ, ਦੱਸ ਹੁਣ ਕਿਹੜੇ ਕੰਮ ਜਾ ਰਿਹਾ ਸੀ? ਮੈਂ ਤਾਂ ਮੰਮੀ ਨਰਮਲ ਦੇ ਘਰੇ ਜਾਣ ਤੇ ਮਾੜਾ ਜਿਹਾ ਕੰਮ ਤੇ, ਇਹ ਜਾਣ ਦੇ ਰਹੀ ਮੈਨੂੰ। ਵਧੀਆ ਕੀਤਾ, ਨਾਲੇ ਮੈਂ ਇਹਨੂੰ ਰੋਕ ਕੇ ਗਈ ਸੀ ਵੀ ਭਾਈ ਘਰੋਂ ਬਾਹਰ ਨਾ ਨਿਕਲੀ। ਕਾਰਡ ਦਾ ਮੈਂ ਦੇ ਆਈ ਸਾਰਿਆਂ ਦੇ, ਤੇਰੇ ਮਾਮੇ ਕੇ ਦੇ ਆਂਦਾ, ਮਾਸੜ ਕੇ ਦੇ ਆਂਦਾ, ਗੁਰਮੀਤ ਦੇ ਦੇ ਆਂਦਾ, ਸਾਰਿਆਂ ਦੇ ਘਰੇ ਦੇ ਆਂਦਾ। ਨਾਲੇ ਤੇਰੇ ਮਾਮੇ ਨਾਲ ਮੈਨੂੰ ਮੁੜਦੀ ਹੋਈ ਦਾ ਸੂਟ ਦਿੱਤਾ ਐਡਾ ਸੋਹਣਾ ਵੀ ਖਾਲੀ ਹੱਥ ਨੀ ਤੋਰਨਾ। ਲੈ ਮੰਮੀ, ਉਹ ਜਦ ਆਪਣੇ ਕੋਲ ਆਉਂਦੇ ਨੇ ਆਪਾਂ ਵੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਕੱਪੜਾ ਲੀੜਾ ਦੇ ਕੇ ਤੋਰ ਦਿਆਂਗੇ। ਗੱਲ ਸੁਣ ਵਿੱਕੀ, ਤੈਨੂੰ ਹਲਵਾਈ ਦੇ ਕਿਹਾ ਸੀ ਜਾਣ ਨੂੰ, ਤੂੰ ਜਾਇਆ ਸੀ? ਹਾਂ ਹਾਂ ਮੰਮੀ, ਮੈਂ ਜਾ ਆਇਆ ਸੀ। ਉਹ ਤਾਂ ਕਹਿੰਦਾ ਤੁਸੀਂ ਆਪਣੀ ਤਿਆਰੀ ਰੱਖੋ, ਮੈਂ ਤਾਂ ਆਜੂੰਗਾ ਆਪਣੇ ਟਾਈਮ ਨਾਲ। ਨਾਲੇ ਮੰਮੀ ਉਹਨੇ ਲਿਸਟ ਜੀ ਬਣਾ ਕੇ ਦਿੱਤੀ ਆ, ਨਾਲੇ ਤੂੰ ਸੁਨਿਆਰੇ ਲਵੇ ਜਾਇਆ ਸੀ। ਲੈ ਉਹ ਤਾਂ ਮੇਰਾ ਮੇਨ ਕੰਮ ਸੀ, ਉੱਥੇ ਤਾਂ ਮੈਂ ਜਾ ਕੇ ਆਈ ਉਹਨੂੰ ਮਿਲ ਕੇ ਆਈ ਹਾਂ ਪੂਰਾ ਧੰਮੇ ਨੂੰ। ਮੈਂ ਕਿਹਾ ਵੀ ਦੇਖ ਸਾਡੇ ਗਹਿਣੇ ਐ 2-4 ਦਿਨਾਂ 'ਚ ਨਾ ਤੂੰ ਰੈਡੀ ਕਰਕੇ ਦੇ ਦੇ, ਕਹਿੰਦਾ ਮੈਂ ਦੇ ਦੂੰਗਾ ਆਪੇ। ਤੈਨੇ ਬਹੁਤ ਵਧੀਆ ਕਰਿਆ ਤੂੰ। ਹਾਂ ਚੱਲ ਨਿਬੜ ਗਿਆ ਹੁਣ ਸਾਰਾ ਕੰਮ, ਆਪਣਾ ਕਾਰਡ ਦਿੱਤੇ ਗਏ, ਗਹਿਣਿਆਂ ਦਾ ਹੋ ਗਿਆ, ਹਲਵਾਈ ਦੇ ਜਾਇਆ ਆ। ਚਲੋ ਹੁਣ ਆਪਾਂ ਘਰ ਦੇ ਕੰਮ ਕਾਜ ਹੋਰ ਨਿਬੇੜੀਏ। ਬਸ ਇੱਕ ਘਾਟ ਰਹਿ ਗਈ ਮੰਮੀ, ਜੱਜ ਬਾਪੂ ਜਾਂਦਾ ਹੁੰਦਾ ਕਿੰਨਾ ਖੁਸ਼ ਹੁੰਦਾ ਵੀ ਮੇਰੇ ਮੁੰਡੇ ਦਾ ਵਿਆਹ ਹੋ ਰਿਹਾ। ਹਾਂ ਪੁੱਤ, ਹੋ ਘਾਟ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਆਪਾਂ ਹੁਣ ਕਰ ਵੀ ਕੀ ਸਕਦੇ ਹਾਂ, ਜਿਵੇਂ ਉਸ ਪਰਮਾਤਮਾ ਨੂੰ ਮਨਜ਼ੂਰ। ਹੁਣੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਚੱਲ ਕੋਈ ਨਾ ਪੁੱਤ, ਤੂੰ ਹੌਸਲਾ ਰੱਖ, ਆਪਾਂ ਵਧੀਆ ਵਿਆਹ ਕਰਾਂਗੇ, ਹੈ? ਕੋਈ ਨਹੀਂ। ਖੈਰ ਜੋ ਵੀ ਆ ਮੰਮੀ, ਪਰ ਖੁਸ਼ੀ ਦੇ ਮੌਕੇ ਡੈਡੀ ਦੀ ਯਾਦ ਤਾਂ ਆਉਂਦੀ ਹੋਈ ਆ ਨਾ ਵੀਰੇ। ਤੂੰ ਵੀ ਨਾ ਫਿਕਰ ਨਾ ਕਰ, ਦੇਖ ਮੈਂ ਤੇ ਮੰਮੀ ਤੇਰੇ ਨਾਲ ਆ ਨਾ। ਨਾਲੇ ਜੇ ਦੇਖਿਆ ਜਾਵੇ ਮੰਮੀ ਨੇ ਕਿਹੜਾ ਕਦੇ ਆਪਾਂ ਨੂੰ ਬਾਪੂ ਦੀ ਕਮੀ ਮਹਿਸੂਸ ਹੋਣ ਦਿੱਤੀ ਆ, ਹੁਣ ਤੇ ਇਹੀ ਆਪਣੀ ਮਾਂ ਤੇ ਇਹੀ ਆਪਣਾ ਬਾਪ ਆ। ਚੱਲ ਕੋਈ ਨਾ ਪੁੱਤ, ਤੁਸੀਂ ਦੋਨੇ ਮਨ ਹੌਲਾ ਨਾ ਕਰੋ, ਹੈ? ਆਪਣੇ ਤੋਂ ਜਿੰਨਾ ਹੋਊਗਾ ਆਪਾਂ ਵੱਧ ਚੜ੍ਹ ਕੇ ਕਰਾਂਗੇ, ਹੈ? ਹਾਂ ਚੱਲ ਛੱਡੋ ਇਹਨਾਂ ਗੱਲਾਂ ਨੂੰ, ਐਂ ਦੱਸ ਪੁੱਤ ਉਹ ਆਪਣੇ ਲਹਿੰਗੇ ਵਾਲੀ ਨੂੰ ਫੋਨ ਕਰਤਾ ਸੀ ਤੂੰ ਵੀ ਤਿਆਰ ਹੈ ਲਹਿੰਗਾ? ਹਾਂ ਮੰਮੀ ਉਹ ਤਾਂ ਤਿਆਰ ਹੀ ਹੈਗਾ। ਅੱਛਾ ਚੱਲ ਠੀਕ ਹੈ, ਤੂੰ ਪੁੱਤ ਆਪਣੇ ਕੱਪੜਿਆਂ ਦਾ। ਹਾਂ ਮੰਮੀ ਮੇਰੀ ਗੱਲ ਹੋ ਗਈ ਅਚਕਨ ਵਾਲਿਆਂ ਨਾਲ, ਮੈਂ ਫਿਟਿੰਗ ਕਰਾ ਕੇ ਆਉਣਾ। ਕੋਈ ਹੋਰ ਚੀਜ਼ ਤਾਂ ਲਿਆਉਣੀ ਬਾਜ਼ਾਰੋਂ? ਨਾ ਹੋਰ ਤਾਂ ਕੋਈ ਚੀਜ਼ ਹੈ ਨਹੀਂ, ਜੇ ਹੋਈ ਤਾਂ ਤੈਨੂੰ ਫੋਨ ਕਰ ਦਾਂਗੇ। ਨਾਲੇ ਪੁੱਤ ਧਿਆਨ ਨਾਲ ਮੋਟਰਸਾਈਕਲ ਚਲਾਈ ਤੇ ਸੰਦੇਹਾਂ ਘਰੇ ਆ ਜੀ। ਚੱਲ ਕੋਈ ਨਾ ਮੰਮੀ, ਤੂੰ ਜ਼ਿਆਦਾ ਚਿੰਤਾ ਨਾ ਕਰਿਆ ਕਰ, ਮੈਂ ਆ ਜਾਊਂਗਾ ਧਿਆਨ ਨਾਲ। ਮੈਨੂੰ ਤਾਂ ਪੁੱਛਿਆ ਹੀ ਨਹੀਂ ਕੋਈ ਚੀਜ਼ ਲਿਆਉਣੀ ਆ ਕਿ ਨਹੀਂ ਲਿਆਉਣੀ, ਕੱਲੀ ਮੰਮੀ ਨੂੰ ਪੁੱਛ ਲਿਆ। ਕੋਈ ਨਹੀਂ, ਪਹਿਲਾਂ ਮੈਨੂੰ ਤਾਂ ਕਰ ਲਾਂਦੇ ਆਪਣੀ ਸੈਟਿੰਗ। ਇੱਕ ਬਰਗਰ ਲਿਆ ਦੀ? ਹਾਂ ਲਿਆ ਦੂੰਗੀ ਭੈਣੇ, ਕੋਈ ਜਮਾ ਨਹੀਂ ਰੱਜਦੀ ਇਹ ਕੁੜੀ, ਲਿਆ ਦੀ ਇਹਨੂੰ ਭੁੱਲ ਨਾ ਜਾਈ। ਚੱਲ ਤੂੰ ਐਂ ਕਰਦੀ ਹੈ ਮਾੜੀ ਜੀ, ਮੇਰੀ ਨਾ ਕੈੜੀ ਜੀ ਚਾਹ ਬਣਾ ਕੇ ਲਿਆ, ਆ ਲੈ ਜਾ ਬੈਗ ਅੰਦਰ। ਵਿੱਕੀ ਸਹੀ ਕਹਿੰਦਾ ਸੀ ਕਿ ਪਿਓ ਦੀ ਕਮੀ ਤਾਂ ਰੜਕਦੀ ਹੋਈ ਹੈ, ਉਹ ਤਾਂ ਸਾਰੀ ਜ਼ਿੰਦਗੀ ਰੜਕਣੀ ਹੈ।
ਪਰ ਮੈਨੂੰ ਵੀ ਪਤਾ ਕਿ ਮੈਂ ਉਹਨਾਂ ਦੇ ਬਿਨਾਂ ਇਹਨਾਂ ਬੱਚਿਆਂ ਨੂੰ ਕਿੱਦਾਂ ਪਾਲਿਆ, ਕਿੱਦਾਂ ਸੰਭਾਲਿਆ। ਹੁਣ ਤਾਂ ਇਹੀ ਸਾਰਾ ਕੁਛ ਨੇ ਮੇਰਾ। ਬਸ ਪਰਮਾਤਮਾ ਜਿੱਥੇ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੀ ਅਤੇ ਮੈਨੂੰ ਹਿੰਮਤ ਦੇ ਕਿ ਜਿਹੜਾ ਵੀ ਇਹ ਵਿਆਹ ਦਾ ਕਾਰਜ ਹੈ ਮੈਂ ਵਧੀਆ ਤਰੀਕੇ ਨਾਲ ਸਿਰੇ ਚੜ੍ਹਾਵਾਂ ਕਿ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਣ ਦਊਂ। ਮੈਨੂੰ ਕਿਹੜੇ ਦੇਖਣਾ ਉੱਥੇ, ਬੰਦੇ ਦਾ ਕੀ ਹੈ, ਮੂੰਹ ਧੋਤਾ ਚੱਲ ਮੇਰਾ ਭਾਈ ਬੰਨਿਆ ਪਰ ਨਾ ਬੱਲੇ, ਹੋਰ ਕੀ ਕਹਿਣਾ। ਮੇਰੀ ਗੱਲ ਸੁਣੋ, ਉਹ ਚਲੇ ਗਏ ਕਿ ਨਹੀਂ? ਕੌਣ? ਜੱਸੀ ਹੋਰੀ। ਓਏ ਉਹ ਤਾਂ ਬਾਗੇ ਹੋਏ, ਜੇ ਕਹੇ ਦੇਖ ਕੇ ਆਵਾਂ। ਜਾਂ ਦੇਖ ਕੇ ਆਉਣਾ ਹੈ। ਚੱਲ ਐਂ ਕਰ, ਤੂੰ ਹੋ ਤਿਆਰ, ਮੈਂ ਦੇਖ ਕੇ ਆਉਣਾ। ਨਾਲੇ ਗੱਲ ਸੁਣ ਮੇਰੀ, ਘੋਟ ਪਿੰਡ ਤਾਂ ਨਾ ਮੈਂ ਬਰਾਤ ਵਾਲੇ ਦਿਨੇ ਪਾਉਂ। ਤੁਸੀਂ ਵੀ ਨਾ ਟੇਕ ਜਾਂਦੇ ਆ ਕਰਕੇ। ਆ ਜਲਦੀ ਆ ਜਿਓ ਮੜਾ ਜਾ, ਮੈਂ ਤਿਆਰ ਆ। ਆਪ ਤਿਆਰੀਆਂ ਕਰੀ ਜਾਂਦੇ ਨੇ, ਮੈਨੂੰ ਕੋਈ ਪੁੱਛਦੇ ਨਹੀਂ ਹੈਗਾ। ਨਾਲੇ ਇਹਨਾਂ ਦੇ ਸਾਹਮਣੇ ਪਾਲੋ ਕਹਿ ਕੇ ਗਈ ਆ ਵੀ ਜੀਜੇ ਵਿਆਹ 'ਚ ਆ ਜੀ। ਹਜੇ ਤੱਕ ਇਹ ਨਹੀਂ ਪੁੱਛਿਆ ਵੀ ਬਾਪੂ ਤੇਰੇ ਕੱਪੜੇ ਕੁੱਪੜੇ ਲਿਆ ਦੇ ਜਾਂ ਨਾ। ਹੁਣ ਪਤਾ ਨਹੀਂ ਕਿੱਥੇ ਆ ਉਹ। ਜੱਸੇ ਓਏ, ਓ ਜੱਸੇ ਬਾਪੂ ਓਏ ਆ ਭਾਈ। ਹਾਂ ਬਾਪੂ, ਕੀ ਕਹਿਣਾ? ਮੇਰੀ ਗੱਲ ਸੁਣੋ ਭਾਈ, ਆਪ ਤਾਂ ਤੁਹਾਨੂੰ ਕੱਪੜੇ ਲਿਆਏ ਆਪਣੇ, ਮੇਰੇ ਵਾਸਤੇ ਵੀ ਲਿਆ ਦਿੰਦੇ ਕੁੜਤਾ ਝੱਗਾ ਚਾਦਰਾ। ਨਾਲੇ ਤੈਨੂੰ ਪਤਾ ਤੇਰੀ ਮਾਸੀ ਕਹਿ ਕੇ ਗਈ ਆ ਵੀ ਵਿਆਹ 'ਚ ਆਈ ਤੂੰ। ਕਿਉਂ ਬਾਪੂ, ਤੂੰ ਕੀ ਕਰ ਲਿਆ ਕੁੜਤੇ ਚਾਦਰੇ? ਉਹ ਭਾਈ ਮੈਂ ਵੀ ਵਿਆਹ ਦੇਖ ਆਊਂਗਾ, ਨਾਲੇ ਉੱਥੇ ਰਿਸ਼ਤੇਦਾਰ ਆਏ ਹੋਣਗੇ, ਬਹਾਨੇ ਨਾਲ ਉਹਨਾਂ ਨੂੰ ਮਿਲੂੰਗਾ। ਬਾਪੂ ਜੀ, ਕੋਈ ਲੋੜ ਨਹੀਂ ਵਿਆਹ 'ਤੇ ਜਾਣ ਦੀ, ਅਸੀਂ ਵੀ ਚੱਲੇ। ਜੇ ਤੁਸੀਂ ਵੀ ਨਾਲ ਤੁਰ ਗਏ ਤਾਂ ਘਰ ਕੌਣ ਸਾਂਭੇਗਾ? ਕੱਲ ਨੂੰ ਕੋਈ ਚੋਰ ਚੱਕਾ ਆ ਗਿਆ ਤੇ ਸਾਰਾ ਘਰ ਹੁੰਝ ਕੇ ਲੈ ਜਾਏਗਾ, ਤੁਸੀਂ ਘਰ ਹੀ ਰਹੋ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ, ਕੋਈ ਨਹੀਂ ਇੱਕ ਦਿਨ ਤੁਹਾਨੂੰ ਮਿਲਾ ਲਿਆਉਣਗੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਤੋਂ ਬਾਅਦ। ਉਹ ਭਾਈ ਚੱਲ, ਜੇ ਚੋਰ ਚੱਕਾ ਆ ਵੀ ਗਿਆ ਘਰ 'ਚ, ਮੈਂ ਉਹਨਾਂ ਦਾ ਕੀ ਕਰ ਲੂੰਗਾ? ਉਹ ਮੇਰੇ ਤੋਂ ਪਾਣੀ ਦਾ ਗਲਾਸ ਤਾਂ ਚੱਕਿਆ ਨਹੀਂ ਜਾਂਦਾ, ਮੈਂ ਚੋਰ ਦੱਸ ਕਿਵੇਂ ਭਜਾ ਦੂੰਗਾ, ਕਿਵੇਂ ਫੜ ਲੂੰਗਾ ਉਹਨਾਂ ਨੂੰ? ਬਾਪੂ ਜੇ ਤੂੰ ਘਰੇ ਬੈਠਾ ਹੋਏਗਾ, ਚੋਰ ਆਉਣੇ ਨਹੀਂ, ਉਹਨਾਂ ਨੂੰ ਪਤਾ ਵੀ ਘਰੇ ਬੈਠਾ ਕੋਈ ਨਾ ਕੋਈ। ਹੋਰ ਉਹ ਕਿਉਂ ਜਵਾਕਾਂ ਵਾਂਗੂ ਜਦ ਤੜਿਆ? ਤੈਨੂੰ ਪਤਾ ਵੀ ਘਰ ਦਾ ਸਿਆਣਾ ਬੰਦਾ ਘਰ ਦਾ ਜਿੰਦਾ ਹੁੰਦਾ, ਤਾਂ ਹੀ ਤੈਨੂੰ ਕਹਿੰਦਾ ਤੂੰ ਘਰੇ ਰਹਿ। ਨਾਲੇ ਜੇ ਤੂੰ ਵਿਆਹ 'ਤੇ ਚਲਾ ਗਿਆ, ਉੱਥੇ ਭੀੜ ਭੜੱਕੇ 'ਚ ਕਿਸੇ ਨੇ ਧੱਕਾ ਧੁੱਕਾ ਮਾਰਿਆ, ਨਾ ਜਾਣੇ ਤੂੰ ਡਿੱਗ ਪਿਆ, ਐਵੇਂ ਇਸ ਉਮਰੇ ਚੂੜਾ ਤੜਵਾ ਕੇ ਬਹਿ ਜਾਏਗਾ। ਅਸੀਂ ਵਿਆਹ 'ਤੇ ਤੈਨੂੰ ਸਾਂਭਾਂਗੇ ਕਿ ਵਿਆਹ ਦੇਖਾਂਗੇ? ਤੂੰ ਆਰਾਮ ਨਾਲ ਘਰੇ ਬੈਠ, ਵਿਆਹ ਤੋਂ ਬਾਅਦ ਤੈਨੂੰ ਮੈਂ ਮਰਾ ਦੇਊਂਗਾ, ਭਾਵੇਂ ਤੂੰ 4 ਦਿਨ ਲਾਈ ਬਾਹਰ। ਬਾਪੂ ਜੀ, ਅਸੀਂ ਜਾਂਦੇ ਹੋਏ ਤੁਹਾਡਾ ਮੰਜਾ ਦਰਵਾਜ਼ੇ 'ਚ ਡਾ ਜਾਂਗੇ ਤੇ ਉੱਥੇ ਆਪਦਾ ਪੈ ਜਿਓ, ਇੱਥੇ ਤਾਂ ਅਸੀਂ ਜੰਦੇ ਲਾ ਕੇ ਜਾਵਾਂਗੇ। ਤੇ ਰਹੀ ਗੱਲ ਰੋਟੀ ਦੀ, ਉਹ ਗਵਾਂਢਣ ਨੂੰ ਕਹਿ ਤਾਂ ਮੈਂ ਤੁਹਾਨੂੰ ਫੜਾ ਜੂਗੀ ਆਣ ਕੇ। ਨਾ ਕੋਈ ਡਰਦਾ ਅੰਦਰ ਚੋਰ ਚੱਕਾ ਵੜੇ ਤੇ ਨਾ ਕੋਈ ਕੁੱਤਾ ਬਿੱਲਾ ਵੜੇ, ਜੇ ਉੱਥੇ ਬੈਠੇ ਹੋਵੋਗੇ ਤਾਂ। ਜਸਵਿੰਦਰ ਸਹੀ ਕਹਿੰਦੇ ਬਾਪੂ, ਦਰਵਾਜ਼ੇ 'ਚ ਬੈਠੇਗਾ, ਬਾਰ ਖੁੱਲ੍ਹਾ ਹੋਊਗਾ, 4 ਬੰਦੇ ਆਉਂਦੇ ਆ ਦਿਸਣਗੇ, ਕੋਈ ਤੇਰੇ ਲਈ ਬਹਿ ਜੂਗਾ, ਤੂੰ ਕਿਸੇ ਨੂੰ ਹਾਕ ਮਾਰ ਲਈ ਜੇ ਕੋਈ ਲੋੜ ਪੈਂਦੀ ਆ ਤਾਂ, ਉੱਥੇ ਸੌਖਾ ਰਹੇਗਾ ਤੂੰ। ਮੈਨੂੰ ਲੱਗਦਾ ਪੁੱਤ ਤੁਹਾਨੂੰ ਮਨ ਬਣਾ ਲਿਆ ਵੀ ਬਾਪੂ ਨੂੰ ਨਹੀਂ ਲੈ ਕੇ ਜਾਣਾ,
ਓ ਪੁੱਤ ਮੈਨੂੰ ਲੈ ਜਾਓ ਨਾਲ, ਮੇਰਾ ਜੀ ਬਹੁਤ ਕਰਦਾ ਰਿਸ਼ਤੇਦਾਰਾਂ ਨੂੰ ਮਿਲਣ। ਔਰ ਘਰ ਦੀ ਰਾਖੀ ਵਾਸਤੇ ਤੇਰੇ ਸਾਲੇ ਨੂੰ ਬੁਲਾ ਲਾ ਤੂੰ, ਉਹ ਸਾਂਭ ਲੂ ਘਰ ਦੋ ਦਿਨ ਆ ਕੇ। ਨਹੀਂ ਉਹ ਕੀ ਚੌਂਕੀਦਾਰ ਆ ਜਿਹੜੇ ਛਣ ਕੇ ਰਖਵਾਲੀ ਕਰੇਗਾ, ਉਹਦੇ ਕੋਲ ਕੋਈ ਟਾਈਮ ਨਹੀਂ ਹੈਗਾ, ਆਪਦਾ ਆਪੇ ਸਾਂਭਿਓ ਘਰ। ਚਲੋ ਠੀਕ ਆ ਭਾਈ, ਜਿਵੇਂ ਤੁਹਾਡੀ ਮਰਜ਼ੀ, ਪਰ ਬਈ ਉਹ ਗੁਆਂਢਣ ਨੂੰ ਕਹਿੰਦੀ ਤੇਰੀ ਚਾਚੀ ਨੂੰ ਵੀ ਰੋਟੀ ਟਾਈਮ ਨਾਲ ਪਹੁੰਚਾ ਦਿਆ ਕਰੂੰਗੀ, ਫਿਰ ਮੈਂ ਦਵਾਈ ਦਵੂਈ ਲੈਣੀ ਹੁੰਦੀ ਆ ਨਾ। ਕੋਈ ਨਹੀਂ ਬਾਪੂ, ਮੈਂ ਕਹਿ ਦਿੰਦਾ। ਇੱਧਰ ਆਓ ਪਹਿਲਾਂ, ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ। ਜਾ ਚਲ ਸੁਣ ਲਾ ਜ਼ਰੂਰੀ ਗੱਲ। ਮਾਂ ਬਾਪ ਦੀ ਤਾਂ ਨਹੀਂ ਸੁਣੀ ਕਦੇ, ਉਹਦੀ ਤਾਂ ਸੁਣ ਲਾ ਜ਼ਰੂਰੀ ਗੱਲ। ਮੇਰੀ ਸੁਣੋ ਗੱਲ ਧਿਆਨ ਨਾ, ਮਨ ਨਾ ਜਾਇਓ ਹੁਣ, ਜਿੱਦਾਂ ਉੱਥੇ ਅੜੇ ਬੈਠੇ ਸੀ ਨਾ ਇੱਦਾਂ ਹੀ ਅੜੇ ਰਹੋ, ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ। ਉਹ ਨਹੀਂ ਮੰਨਦਾ, ਨਹੀਂ ਲੈ ਕੇ ਆਉਂਦਾ। ਹੋਰ ਦੱਸ। ਬਸ ਇੰਨੇ ਹੀ ਕਰ ਲਓ ਤਾਂ ਬਹੁਤ ਵਧੀਆ। ਮੇਰੀ ਗੱਲ ਸੁਣੋ, ਆ ਦੋ ਚਾਰ ਦਿਨਾਂ 'ਚ ਪਾਪਾ ਨੂੰ ਕੁਛ ਨਹੀਂ ਹੋਣ ਲੱਗਾ, ਐਂ ਨਾ ਤੁਸੀਂ ਉਹ ਕਰੀ ਜਾਓ ਕਿ ਪਤਾ ਨਹੀਂ ਕੀ ਮੇਰੇ ਪਿਓ ਨੂੰ ਹੋ ਜਾਊਗਾ। ਕੋਈ ਨਹੀਂ, ਉਹ ਸਾਂਭੂ ਆਪੇ ਬਥੇਰਾ ਗਵਾਂਢਣ ਕਰੂਗੀ ਰੋਟੀ ਟੁੱਕ ਦਾ। ਜਸਵਿੰਦਰ ਸਿਆਣਾ ਸਰੀਰ ਹੈ, ਨਾ ਜਾਣੇ ਕੁਛ ਹੋ ਗਿਆ ਬਾਪੂ ਨੂੰ ਪੁੱਛੋ, ਫਿਰ ਕੀ ਕਰਾਂਗੇ। ਤੂੰ ਤਾਂ ਕਹੀ ਜਾਂਦੇ ਉਹਦਾ ਝੋਰਾ ਕਰਦਾ, ਉਹਦਾ ਝੋਰਾ ਕਰਦਾ, ਤੈਨੂੰ ਨਹੀਂ ਸਮਝ ਆਉਂਦੀ ਇਸ ਗੱਲ। ਚੱਲ ਠੀਕ ਆ, ਫਿਰ ਤੁਸੀਂ ਐਂ ਕਰੋ ਬਾਪੂ ਨੂੰ ਲੈ ਜਾਓ, ਮੈਂ ਤਾਂ ਜਾਂਦੀ ਨਹੀਂ। ਉਹ ਜਸਵਿੰਦਰ ਉਹ ਗੱਲ ਤਾਂ ਸੁਣ ਯਾਰ, ਕਮਾਲ ਆ ਯਾਰ, ਸਿਆਣਾ ਸਰੀਰ ਆ ਬਾਪੂ ਦਾ, ਨਾ ਜਾਣੀ ਜ਼ਿਆਦਾ ਢਿੱਲ ਮੱਠ ਹੋ ਗਈ, ਇਹ ਵੀ ਆਪਣੀ ਜਿੱਤ ਜੜੀ ਰਹਿੰਦੀ ਹੈ, ਭੋਰਾ ਵੀ ਨਹੀਂ ਮੰਨਦੀ। ਕੀ ਕਰੀਏ, ਆ ਲੈ ਬਾਪੂ ਬਹਿ ਜਾ, ਤੇਰਾ ਬਿਸਤਰਾ ਵਿਛ ਗਿਆ। ਟਾਈਮ ਨਾਲ ਦਵਾਈ ਲੈ ਲੈ ਕੇ ਰੋਟੀ ਖਾ ਕੇ, ਆ ਮੇਰੀ ਚਾਚੀ ਨੂੰ ਕਹਿਤਾ ਰੋਟੀ ਭੇਜ ਦਿਆ ਕਰੂ ਤੇਰੀ। ਕੋਈ ਨਾ ਲੈ ਲੂ ਭਾਈ, ਆਜੋ ਹੁਣ ਬਸ ਕਰੋ। ਉਹ ਚੱਲਦੇ ਆ ਕੋਈ ਨਹੀਂ। ਹਾਂ ਜਾਓ ਭਾਈ, ਲੇਟ ਹੋ ਜਾਣਾ, ਤਾਂ ਲੈ ਲੂਗਾ ਭਾਈ। ਤੁਸੀਂ ਦੇਖੋ ਆਪਣਾ ਵਿਆਹ ਜਾ ਕੇ, ਵਿਆਹ ਦੇਖੋ, ਮੈਂ ਦਵਾਈ ਲੈ ਲੂੰਗਾ, ਮੇਰੀ ਫਿਕਰ ਨਾ ਕਰੋ। ਹਾਂ ਚੱਲ ਲੈ ਜਾ, ਆ ਜਾ ਇੱਧਰ ਆ ਜਾ। ਬਹਿ ਜਾ ਕਰ। ਟਾਈਮ ਆ ਗਿਆ, ਇੱਕ ਪਾਸੇ ਤਾਂ ਬਜ਼ੁਰਗਾਂ ਨੂੰ ਜਵਾਕ ਘਰ ਦਾ ਜਿੰਦਾ ਸਮਝਦੇ ਨੇ, ਤੇ ਦੂਏ ਪਾਸੇ ਬਜ਼ੁਰਗਾਂ ਤੇ ਭਰੋਸਾ ਵੀ ਨਹੀਂ ਕਰਦੇ, ਘਰ ਨੂੰ ਜਿੰਦੇ ਲਾ ਕੇ ਵਗ ਜਾਂਦੇ ਨੇ। ਕੁਛ ਵੀ ਹੋ ਜੇ ਚਾਹੇ, ਪਰ ਪਿਛਲੀ ਉਮਰ ਨਾ ਜੀਵਨ ਸਾਥੀ ਨਹੀਂ ਵਿਛੜਨਾ ਚਾਹੀਦਾ, ਸਭ ਤੋਂ ਵੱਧ ਲੋੜ ਹੁੰਦੀ ਹੈ ਇਸ ਉਮਰੇ ਦੁੱਖ ਸੁੱਖ ਕਰਨ ਦੀ। ਉਸੇ ਟਾਈਮ ਚੰਦਰਾ ਰੱਬ ਵਿਛੋੜੇ ਪਾ ਦਾਂਗਾ, ਕਿਹਨੂੰ ਦੁੱਖ ਸੁਣਾਈਏ, ਕੋਈ ਸਮਝ ਨਹੀਂ ਆਉਂਦੀ। ਜਵਾਕ ਸੁਣਨਾ ਨਹੀਂ ਚਾਹੁੰਦੇ, ਰੱਬ ਚੱਕਦਾ ਨਹੀਂ ਹੈਗਾ। ਜੇ ਅੱਜ ਤੂੰ ਹੁੰਦੀ ਨਾ, ਮੇਰੀ ਆਹ ਹਾਲਤ ਨਹੀਂ ਹੋਣੀ ਸੀ।
ਦੋ ਦੋ ਪੁੱਤ ਜੰਮ ਕੇ ਵੀ ਮੈਂ ਇਕੱਲਾ ਬੈਠਾ। ਪਤਾ ਨੀ ਸ਼ਾਇਦ ਕੋਈ ਪਾਪ ਕਰੇ ਹੋਣੇ ਮੈਂ। ਸਮਝ ਨੀ ਲੱਗਦੀ ਪਰ ਮੈਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕਰੀ, ਮੈਨੂੰ ਕੋਈ ਫਲ ਨਹੀਂ ਮਿਲਿਆ। ਚਲੋ ਜਿਵੇਂ ਉੱਪਰ ਵਾਲੇ ਦੀ ਮਰਜ਼ੀ। ਹਾਂਜੀ ਓਏ ਹੋ ਗਈ ਤਿਆਰ? ਹਾਂ ਤਿਆਰ ਹੋ ਗਈ, ਚਲੋ ਚੱਲੀਏ ਆਪਾਂ। ਆ ਤੁਸੀਂ ਫੜ ਲਓ ਬੈਗ। ਆ ਮੇਰੀ ਸੁਣ ਗੱਲ, ਬੈਗ ਫੇਰ ਫੜਾਈ? ਓਏ ਐ ਕਰ, 8-10 ਨਾ ਫੁਲਕੇ ਲਾ ਦੇ। ਫੁਲਕੇ? ਹੁਣ ਤੁਹਾਨੂੰ ਫੇਰ ਭੁੱਖੜਾ ਚੜ ਗਿਆ ਜੇ? ਸਵੇਰੇ ਤਾਂ ਖਾਧੀ ਰੋਟੀ, ਹੁਣ ਵਿਆਹ ਲੈਂਦੇ ਘਰੇ ਜਾ ਕੇ ਖਾਵਾਂਗੇ ਰੋਟੀ। ਉਹ ਮੇਰੇ ਵਾਸਤੇ ਨਹੀਂ ਕਹਿੰਦਾ ਮੈਂ, ਤੇ ਹੋਰ ਉਹ ਬਾਪੂ ਭੁੱਖਣ ਭਾਣਾ ਬੈਠਾ ਵਿਚਾਰਾ, ਜੱਸੇ ਵੀ ਤਾਂ ਬਾਗੇ ਚੌੜੇ ਹੋ ਕੇ, ਉਹਨਾਂ ਨੂੰ ਐਂ ਨਹੀਂ ਹੈਗਾ ਵੀ 8-10 ਫੁਲਕੇ ਲਾ ਜਾਣ ਬਾਪੂ ਵਾਸਤੇ, ਵਿਚਾਰਾ ਭੁੱਖਣ ਭਾਣਾ ਬੈਠਾ। ਪਰ ਮੇਤੋਂ ਨਹੀਂ ਲੈਂਦੇ ਹੁੰਦੇ ਕੀ ਗੱਲ? ਆ ਹੁਣ ਮੈਂ ਤਿਆਰ ਤੂੰ ਰੁਕੋ ਹੋ ਕੇ ਤਾਂ ਹੁਣ ਮੈਂ ਮੰਨ ਲਾਵਾਂ ਨਾ, ਉਹ ਗਏ ਨੇ ਤਾਂ ਕਿਸੇ ਨੂੰ ਕਹਿ ਕੇ ਗਏ ਹੋਣਗੇ, ਰੋਟੀ ਰੂਟੀ ਨੂੰ ਕਿਸੇ ਆਂਢੀ ਗੁਆਂਢੀ ਨੂੰ, ਹੁਣ ਅਸੀਂ ਠੇਕਾ ਲਿਆ, ਜਦੋਂ ਰਹਿੰਦਾ ਤਾਂ ਉੱਧਰ ਹੈ ਉਹ। ਉਹ ਚੱਲ ਫੇਰ ਕੀ ਹੁੰਦਾ ਯਾਰ, ਕੋਈ 8-10 ਫੁਲਕੇ ਲਾ ਦੇ ਤੂੰ, ਜਾਂਦਾ ਇਹਦੇ ਫੜਾ ਜਾਏਗਾ ਬਾਪੂ ਨੂੰ ਵਿਚਾਰੇ ਨੂੰ। ਉਹ ਉਹਨੇ ਦਵਾਈ ਬੂਟੀ ਵੀ ਲੈਣੀ ਹੈ, ਉਹਨੇ ਮੈਨੂੰ ਕਿਹਾ ਕਹਿੰਦਾ ਮੈਨੂੰ ਗੁਆਂਢੀ ਨੂੰ ਪੈਸੇ ਕਹਿ ਕਹਿੰਦਾ ਕਹਿ ਦੇ, ਬਾਕੀ ਆਪਾਂ ਜੇ ਕਹਿ ਨਹੀਂ ਬਈ ਨਹੀਂ ਲੈਂਦੀ ਤੇ ਤੂੰ, ਫਿਰ ਮੈਂ ਫਿਰ ਚਾਚੀ ਨੂੰ ਕਹਿ ਦੇਣਾ, ਹੋਰ ਕੀ ਹੈ? ਚਾਚੀ ਨੂੰ ਕਹਿ ਚਾਹੇ ਚਾਚੇ ਨੂੰ ਕਹਿ, ਪਰ ਮੇਥੋਂ ਨਹੀਂ ਲੈਂਦੇ ਗੁਲਗੁਲੇ। ਹਾਂ ਨਾਲੇ ਨਾ ਮੇਰੀ ਗੱਲ ਸੁਣੋ, ਜੇ ਇੱਕ ਦਾ ਰੋਟੀ ਨਹੀਂ ਖਾਊਗਾ ਨਾ ਮਰਨ ਨਹੀਂ ਲੱਗਿਆ। ਕੋਈ ਐਂ ਕਹੋ ਨੂੰ ਬੋਲਦੀ ਹੈ, ਹੱਕ ਨੂੰ ਬਾਪੂ ਆਪਣਾ, ਸਮਝ ਗਈ? ਹਿੱਸਾ ਨਹੀਂ ਦਿੱਤਾ ਹੁਣੇ ਆਪਾਂ ਨੂੰ? ਹਿੱਸਾ ਦਿੱਤਾ ਕਿਉਂ? ਸਾਨ ਕੀਤਾ ਸੀ ਕਿਸੇ ਸਿਰ, ਹਿੱਸਾ ਦਿੱਤਾ ਬਣਦਾ ਸੀ ਤਾਂ ਦਿੱਤਾ ਹਿੱਸਾ। ਨਾਲੇ ਮੇਰੀ ਗੱਲ ਸੁਣੋ, ਤੁਸੀਂ ਚੱਲੋ ਆਪਾਂ ਚੱਲੀਏ ਵਿਆਹ ਤੇ, ਜਾਂਦੇ ਜਾਂਦੇ ਚਾਚੀ ਨੂੰ ਕਹਿ ਜੇ ਜਾਵੇ ਮੋਹ ਆਉਂਦਾ ਨਾ ਤਾਂ ਆਪ ਲਾ ਕੇ ਦੇ ਦਿਓ ਫਿਰ। ਚੱਲ ਕੋਈ ਗੱਲ ਨਹੀਂ, ਚਾਚੀ ਨੂੰ ਕਹਿੰਦਾ ਚੱਕ ਇੱਕ ਬੈਗ, ਕਰੇ ਆਖੇ ਨਾ ਲੱਗੀ ਬੈਗ, ਆਖਿਆ ਸੀ ਤੁਹਾਨੂੰ ਫੜਨ ਨੂੰ ਮੈਂ। ਚੱਲ ਆ ਜਾ ਹੁਣ ਫਿਰ ਬੱਸ ਲੰਘ ਜੂਗੀ। ਨਾਲੇ ਨਾ ਆ ਬੈਗ ਕਿਹਾ ਸੀ ਤੁਹਾਨੂੰ ਚੱਕਣ ਨੂੰ, ਮੈਂ ਹੁਣ ਆ ਪਾਵਾਂ ਜੇ ਪਾਉਂਦੀ ਚੰਗੀ ਲੱਗਾਂਗੀ ਭਲਾ, ਫੇਰ ਕਹੋਗੇ ਦੋਏ ਫੜਾ ਦੇ, ਮੈਨੂੰ ਪਤਾ ਹੁਣ ਤੇਰੀ ਟੌਰ ਕੱਢੀ ਹੋਈ ਹੈ। ਟੌਰ ਕੱਢੀ ਹੋਈ ਹੈ ਨਾਲੇ ਹੋਰ। ਚੱਲ ਤੁਰ ਪੈ, ਮੈਂ ਤਾਂ ਕੁਲੀਓ ਬਣਾ ਕੇ ਰੱਖੀ ਤੂੰ। ਹਾਂ ਅੱਛਾ ਕੁਲੀ ਬਣ। ਚਾਚਾ ਕਿਵੇਂ ਬੈਠਾ ਇਕੱਲਾ ਦਰਾਂ ਚ? ਹੋਰ ਚਾਚਾ, ਹੋਰ ਚਾਚਾ ਤਾਕੜਾ ਕਿਵੇਂ ਬੈਠਾ ਇਕੱਲਾ ਦਰਾਂ ਚ? ਬਸ ਜੱਸੇ ਹੁਣੀ ਨੇ ਜੇ ਘਰਾਂ ਉਹ ਭਾਈ ਵਿਆਹ ਗਏ ਨੇ, ਉਹ ਜੱਸੇ ਦੀ ਮਾਸੀ ਦੇ ਮੁੰਡੇ ਦਾ ਵਿਆਹ ਉੱਥੇ ਗਏ ਨੇ ਆਪਣੀ ਮਾਸੀ ਲਵੇ। ਤੂੰ ਕਿਉਂ ਨਹੀਂ ਗਿਆ ਚਾਚਾ? ਤੂੰ ਵੀ ਦੇਖ ਆਉਂਦਾ ਰੌਣਕ ਮਿਲਾ ਨਾਲੇ ਰਿਸ਼ਤੇਦਾਰਾਂ ਨੂੰ ਮਿਲਣ ਦਾ। ਬਸ ਭਾਈ ਹੁਣ ਕਾਹਦੇ ਰੌਣਕ ਮਿਲਦੇ, ਹੁਣ ਤਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਵੀ ਭਾਈ ਮਿੱਟੀ ਸਮੇਟ ਦੇ, ਬਥੇਰਾ ਦੇਖ ਲਿਆ ਰੌਣਕ ਪਹਿਲਾਂ, ਬਥੇਰੇ ਵਿਆਹ ਦੇਖ ਭਾਈ। ਮੈਨੂੰ ਤਾਂ ਕਹਿੰਦੇ ਤੂੰ ਘਰ ਸਾਂਭ, ਰਾਖੀ ਰੱਖੀ ਉਰੇ। ਮੈਂ ਚਲੋ ਚਾਚਾ ਇਹ ਗੱਲ ਗਲਤ ਹੈ ਜੱਸੇ ਉਹਨਾਂ ਦੀ, ਤੈਨੂੰ ਨਾਲ ਲੈ ਕੇ ਜਾਣਾ ਸੀ ਉਹਨਾਂ ਨੇ, ਕਰਨ ਨੂੰ ਨਾਲੇ ਕੀ ਹੁੰਦਾ ਸੀ, ਦੋ ਦਿਨ ਮੈਨੂੰ ਕਹਿ ਤੇ ਮੈਂ ਸਾਂਭ ਲੈਂਦਾ ਕੇ। ਉਹ ਬਸ ਪੁੱਤਰਾ ਕਿਹੜਾ ਜ਼ੋਰ ਆ ਭਾਈ ਕਿਸੇ ਅੱਗੇ, ਜਿਵੇਂ ਉਹਨਾਂ ਨੇ ਕਹਿਤਾ ਠੀਕ ਆ, ਕਹਿੰਦੇ ਬਾਪੂ ਸਿਆਣੇ ਘਰ ਤਾਂ ਜਿੰਦਾ ਹੁੰਦੇ ਨੇ, ਤੂੰ ਕੀ ਕਰੇਗਾ ਉੱਥੇ, ਉਹ ਨਹੀਂ ਰਹਿ। ਚੱਲ ਚਾਚਾ ਫਿਰ ਜੇ ਕਿਹ ਇਹ ਚੀਜ਼ ਦੀ ਲੋੜ ਹੋਈ ਨਾ ਤਾਂ ਮੈਨੂੰ ਦੱਸ ਦੀ, ਮੈਂ ਭੇਜਦਾ ਗੁਰੂ ਨੂੰ ਮੁੰਡੇ ਨੂੰ, ਇਹ
ਪੁੱਛ ਜਿਆ ਕਰੂਗਾ ਤੇ ਨਾਲੇ ਐਂ ਦੱਸ ਵੀ ਦਵਾਈ ਹੈਗੀ ਤੇਰੇ ਲਵੇ। ਹਾਂ ਭਾਈ ਹੈਗਾ ਸਰ। ਠੀਕ ਆ ਚੱਲ ਟੈਨਸ਼ਨ ਨਾ ਲਈ। ਠੀਕ ਆ ਠੀਕ ਆ ਚੰਗਾ ਭਾਈ। ਭਾਈ ਯਾਰ ਕਿਸੇ ਨੇ ਗੱਲ ਨਹੀਂ ਸੁਣਨੀ, ਕਿਸੇ ਨੇ ਪੁੱਛਣਾ ਹੀ ਨਹੀਂ, ਕਿਸੇ ਨੇ ਲੈ ਕੇ ਨਹੀਂ ਜਾਣਾ। ਉਹ ਤਾਂ ਉਸ ਸਮੇਂ ਘਰ ਦਾ ਜਿੰਦਾ ਹੀ ਆ।